ਸ਼ਸ਼ੀਕਲ ਜੀ ਸਵਾਗਤ ਕਰਦੇ ਆ ਤੁਹਾਡਾ ਹਾਈ ਅਮ ਅਕੈਡਮੀ ਦੇ YouTube ਚੈਨਲ ਉੱਤੇ ਅੱਜ ਬਹੁਤ ਹੀ ਇੰਪੋਰਟੈਂਟ ਟੌਪਿਕ ਦੇ ਉੱਤੇ ਗੱਲ ਕਰਨ ਲੱਗੇ ਆ ਜੋ ਕਿ ਹੈ ਪੰਜਾਬ ਗਵਰਨਮੈਂਟ ਦੇ ਐਗਜ਼ਾਮ ਜਿਹੰਦੇ ਨੇ ਜਿੰਨੇ ਵੀ 90% ਐਗਜ਼ਾਮ ਨੂੰ ਤੁਸੀਂ ਵਧੀਆ ਤਰੀਕੇ ਨਾਲ ਤਿਆਰੀ ਕਰਕੇ ਕਿਵੇਂ 6 ਮਹੀਨਿਆਂ ਦੇ ਵਿੱਚ ਕਰੈਕ ਕਰ ਸਕਦੇ ਹੋ ਉਹ ਵੀ ਬਿਨਾ ਕਿਸੇ ਕੋਚਿੰਗ ਤੋਂ ਬਿਨਾ ਕਿਸੇ ਪੇਡ ਕੋਰਸ ਤੋਂ ਬਸ ਤੁਸੀਂ ਫ੍ਰੀ ਵੀਡੀਓਜ਼ ਦੀ ਹੈਲਪ ਨਾਲ ਜਾਂ 셀ਫ ਸਟੱਡੀ ਕਰਕੇ ਆਪ ਦੀ ਜਿਹੜੀ ਤਿਆਰੀ ਕਿਸ ਤਰੀਕਾ ਨਾਲ ਕਰ ਸਕਦੇ ਹੋ ਹੁਣ ਇਹ ਵੀਡੀਓ ਸਾਰੇ ਐਗਜ਼ਾਮਸ ਲਈ ਐਪਲੀਕੇਬਲ ਆ ਪਾਵੇਂ ਤਾਂ ਪਟਵਾਰੀ ਤਹਿਸੀਲਦਾਰ ਪੀਐਸਟ ਟਮਾਸਟਰ ਕੈਡਰ ਕਨਸਟੇਬਲ ਸਬ ਇੰਸਪੈਕਟਰ ਜਾਂ ਪੀਐਸ ਪੀਸੀਐਲ ਪੀ ਟਰਪਲ ਐਸ ਬੀ ਦੇ ਇਗਜ਼ਾਮ ਹੁੰਦੇ ਨੇ ਪੀਪੀਐਸਸੀ ਦੇ ਸਾਰੇ ਜਿੰਨੇ ਵੀ ਇਗਜ਼ਾਮ ਦਿੰਨੇ ਉਹਨਾਂ ਦੇ ਨਾਲ ਇੱਕ ਕੰਬਾਈਨਡ ਵੀਡੀਓ ਬਣਾਈ ਹੋਈ ਹੈ ਇਹ ਸਾਰੇ ਕੋਈ ਵੀ ਇਗਜ਼ਾਮ ਦੀ ਤਿਆਰੀ ਕਰ ਰਹੇ ਹੋ ਤੁਸੀਂ ਇਸ ਤਰੀਕੇ ਨੂੰ ਅਪਣਾ ਸਕਦੇ ਹੋ ਬਾਕੀ ਇਸ ਵੀਡੀਓ ਦੇ ਵਿੱਚ ਆਪਾਂ ਥੋੜੇ ਜਿਹਾ ਡਿਫਰੈਂਟ ਅਪਰੋਚ ਨਾਲ ਗੱਲ ਕਰਾਂਗੇ ਇਹਦੇ ਵਿੱਚ ਇਕੱਲਾ ਮੈਂ ਤੁਹਾਨੂੰ ਸਟਡੀ ਮਟੀਰੀਅਲ ਜਾਂ ਇਕੱਲੇ ਗਾਈਡੈਂਸ ਨਹੀਂ ਦੇਣੀ ਵੀ ਕਿਸ ਤਰੀਕੇ ਨਾਲ ਤੁਸੀਂ ਪੜ੍ਹੋ ਜਾਂ ਕੀ ਕਰੋ ਪਰ ਇੱਕ ਵਧੀਆ ਤਰੀਕੇ ਨਾਲ ਆਪਾਂ ਡਿਟੇਲ ਦੇ ਵਿੱਚ ਡਿਸਕਸ਼ਨ ਕਰਾਂਗੇ ਤੇ ਹੋਰ ਵੀ ਕਾਫੀ ਸਾਰੇ ਫੈਕਟਰ ਦੇਖਣ ਦੀ ਕੋਸ਼ਿਸ਼ ਕਰਾਂਗੇ ਤੇ ਬੱਚਿਆਂ ਦੀ ਜਿਹੜੀ ਸਾਈਕੋਲੋਜੀ ਦੇਖਣ ਦੀ ਕੋਸ਼ਿਸ਼ ਕਰਾਂਗੇ ਜਿਹੜੇ ਕੈਂਡੀਡੇਟਸ ਪੇਪਰ ਕ੍ਰੈਕ ਕਰਦੇ ਨੇ ਜਮ ਐਕਸਪੀਰੀਅੰਸ ਦੱਸੂ ਉਹਨਾਂ ਨੇ ਜਿਹੜਾ ਸ਼ੇਅਰ ਕਰਦੇ ਆ ਮੇਰੇ ਨਾਲ ਬੱਚੇ ਜਿਹੜੇ ਪੇਪਰ ਕ੍ਰੈਕ ਕਰਦੇ ਨੇ ਕਿ ਕਿਵੇਂ ਉਹਨਾਂ ਨੇ ਤਿਆਰੀ ਕੀਤੀ ਸੀ ਕਿਵੇਂ ਉਹਨਾਂ ਨੇ ਉਹਦਾ ਡਿਸਪਲਿਨ ਜਿਹੜਾ ਮੇਨਟੇਨ ਰੱਖਿਆ ਤੇ ਜਿਹੜਾ ਐਗਜ਼ਾਮ ਉਹਨਾਂ ਨੇ ਕ੍ਰੈਕ ਕੀਤਾ ਕਿਉਂਕਿ ਨਾ ਬੱਚੇ ਜਦੋਂ ਵੀ ਪੇਪਰ ਭਰਦੇ ਨੇ ਤਾਂ ਉਹਨਾਂ ਦੇ ਦਿਮਾਗ 'ਚ ਇਹੀ ਹੁੰਦਾ ਹ ਹਰੇਕ ਬੱਚਾ ਇਹੀ ਸੋਚ ਕੇ ਭਰਦਾ ਹੈ ਪੇਪਰ ਵੀ ਮੇਰਾ ਪਹਿਲੀ ਅਰਚ ਕਲੀਅਰ ਹੋ ਉਹ ਜਿਹੜਾ ਇਹ ਸਪਾਰਕ ਥੋੜੇ ਥੋੜੇ ਟਾਈਮ ਬਾਅਦ ਘਟਦਾ ਰਹਿੰਦਾ ਘਟਦਾ ਰਹਿੰਦਾ ਫਿਰ ਜਦੋਂ ਪੇਪਰ ਦੀ ਡੇਟ ਨੇੜੇ ਆਉਂਦੀ ਆ ਉਹ ਇੱਕਦਮ ਵੱਧਦਾ ਤੇ ਉਦੋਂ ਟਿਕਰ ਫਿਰ ਦੇਰ ਕਾਫੀ ਹੋ ਚੁੱਕੀ ਹੁੰਦੀ ਆ ਤਾਂ ਉਹ ਕਿਵੇਂ ਤੁਸੀਂ ਉਸ ਨੂੰ ਬੈਲੈਂਸ ਰੱਖ ਸਕਦੇ ਹੋ ਕਿਵੇਂ ਮੇਨਟੇਨ ਰੱਖ ਸਕਦੇ ਹੋ ਆਪਣੇ ਮਾਈਂਡ ਸੈਟ ਨੂੰ ਸਾਰੇ ਚੀਜ਼ਾਂ ਬਾਰੇ ਅੱਜ ਗੱਲ ਕਰਾਂਗੇ ਇਹ ਵੀਡੀਓ ਥੋੜੀ ਜਿਹੀ ਲੰਬੀ ਹੋਣ ਵਾਲੀ ਆ ਤਾਂ ਪਲੀਜ਼ ਇਸ ਵੀਡੀਓ ਦੇ ਨਾਲ ਐਂਡ ਟਿਕਰ ਬਣੇ ਰਹੋ ਕਿਉਂਕਿ ਗੱਲਾਂ ਆਪਾਂ ਥੋੜੀਆਂ ਜੀਆਂ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ ਤਾਂ ਸ਼ੁਰੂ ਕਰਦੇ ਹਾਂ ਜੀ ਆਪਾਂ ਅੱਜ ਦੀ ਵੀਡੀਓ ਨੂੰ ਤਾਂ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਬੱਚਿਆਂ ਦੇ ਮਾਈਂਡਸੈਟ ਦੀ ਵੀ ਜਿਹੜੇ ਬੱਚੇ ਪੇਪਰ ਕ੍ਰੈਕ ਕਰਦੇ ਨੇ ਜਾਂ ਜੋਬ ਲੈਂਦੇ ਨੇ ਉਹਨਾਂ ਦਾ ਮਾਈਂਡਸੈਟ ਕਿਸ ਤਰੀਕੇ ਨਾਲ ਹੁੰਦਾ ਇਸ ਨੂੰ ਮੈਂ ਤਿੰਨ ਪਾਰਟਸ ਵਿੱਚ ਡਿਵਾਈਡ ਕੀਤਾ ਵਾ ਪਹਿਲਾ ਮਾਈਂਡਸੈਟ ਆ ਫਿਰ ਹੈਬਿਟਸ ਤੇ ਡਿਸਪਲਿਨ ਕਿਉਂਕਿ ਜੇ ਕੋਈ ਵੀ ਪੋਸਟ ਮੰਨ ਲਓ 4 ਪੋਸਟ 400 ਪੋਸਟਾਂ ਨੇ ਕਿਸੇ ਵੀ ਜੋਬ ਦੇ ਵਿੱਚ ਤੇ ਉਹਨੂੰ ਭਰਨ ਵਾਲੇ ਮੰਨ ਲਓ 50000 ਬੱਚੇ ਨੇ ਜਾਂ ਲੱਖ ਬੱਚਾ ਹੈ ਉਹਦੇ ਵਿੱਚੋਂ ਸਿਲੈਕਟ ਤਾਂ ਸਿਰਫ 400 ਨਹੀਂ ਹੋਣਾ ਤਾਂ ਜਿਹੜੇ 400 ਬੱਚੇ ਸਿਲੈਕਟ ਹੋ ਰਹੇ ਨੇ ਉਹ ਕੀ ਵੱਖਰਾ ਕਰ ਰਹੇ ਨੇ ਬਾਕੀ ਬੱਚਿਆਂ ਨਾਲੋਂ ਜਿਹਦੇ ਕਰਕੇ ਉਹ ਸਿਲੈਕਸ਼ਨ ਲੈ ਰਹੇ ਨੇ ਤਾਂ ਉਹਦੇ ਬਾਰੇ ਆਪਾਂ ਅੱਜ ਗੱਲ ਕਰਾਂਗੇ ਤੇ ਕਿਵੇਂ ਤੁਸੀਂ ਉਹ ਚੀਜ਼ ਨੂੰ ਆਪਣੇ ਆਪ ਦੇ ਨਾਲ ਲਾ ਕੇ ਅਪਲਾਈ ਕਰਕੇ ਤੇ ਆਪਦਾ ਵੀ ਜਿਹੜਾ ਇਹ ਪੇਪਰ ਕਰੈਕ ਕਰ ਸਕਦੇ ਹੋ ਤੇ ਜੋਬ ਦੇ ਵਿੱਚ ਆਪਦੀ ਸਿਲੈਕਸ਼ਨ ਲੈ ਸਕਦੇ ਹੋ ਤਾਂ ਸਭ ਤੋਂ ਪਹਿਲਾਂ ਜੇ ਗੱਲ ਕਰੀਏ ਆਪਾਂ ਮਾਈਂਡ ਸੈਟ ਦੀ ਹੁਣ ਜੇ ਮਾਈਂਡ ਸੈਟ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਮੰਨ ਲਓ ਐਗਜ਼ਾਮਪਲ ਲੈਨੇ ਆਪਾਂ ਕਲਰਿਕਲ ਐਗਜ਼ਾਮ ਦੀ ਮੰਨ ਲਓ ਤੁਸੀਂ ਕੋਈ ਕਲਰਿਕਲ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਅਮੇ ਤਾਂ ਪੀਟ੍ਰੀਪਲੱਸਬੀ ਹੋਵੇ ਕਲੈਰੀਕਲ ਹੋਵੇ ਪੀ ਸਪੈਸ਼ੀਅਲ ਕਲੈਰੀਕਲ ਹੋਵੇ ਜਾਂ ਜਿੰਨੇ ਵੀ ਕਲੈਰੀਕਲ ਐਗਜ਼ਾਮ ਹੁੰਦੇ ਨੇ ਬਾਕੀ ਜਿੰਨੇ ਵੀ ਸੈਕਟਰਸ ਦੇ ਵਿੱਚ ਉਹਨਾਂ ਦੇ ਵਿੱਚ ਇੱਕ ਚੀਜ਼ ਕਾਮਨ ਹੁੰਦੀ ਹੈ ਵੀ ਸਿਲੇਬਸ ਇੱਕੋ ਜਿਹਾ ਹੁੰਦਾ ਮੈਥ ਰੀਜ਼ਨਿੰਗ ਇੰਗਲਿਸ਼ ਪੰਜਾਬੀ ਇਹਨਾਂ ਸਾਰਿਆਂ ਦੇ ਵਿੱਚ ਕਾਮਨ ਦੇਖਣ ਨੂੰ ਮਿਲਦਾ ਹੁਣ ਕੋਈ ਵੀ ਬੱਚਾ ਜੇ ਮੰਨ ਲਓ ਕਲੈਰੀਕਲ ਐਗਜ਼ਾਮ ਦੇ ਵਿੱਚ ਸਿਲੈਕਟ ਹੋ ਰਿਹਾ ਤਾਂ ਇਹਦਾ ਮਤਲਬ ਹੈ ਨੀਗਾ ਵੀ ਉਹਨੇ ਉਹੀ ਕੱਲੇ ਨੂੰ ਟਾਰਗੇਟ ਕੀਤਾ ਹੋਊਗਾ ਜਾਂ ਜਿਹੜਾ ਬੱਚਾ ਤਿਆਰੀ ਕਰ ਰਿਹਾ ਸੀ ਮੱਲੋ ਪੀਐਸਪੀਸੀਐਲ ਕਲੈਰੀਕਲ ਦੇ ਵਿੱਚ ਲੱਗਿਆ ਵੇ ਉਹ ਜਾਂ ਉਹਨੇ ਕੱਲੀ ਪੀਐਸਪੀਸੀਐਲ ਲਈ ਆਪਦੀ ਜਿਹੜੀ ਡੈਡੀਕੇਸ਼ਨ ਦਿਖਾਈ ਹੋਗੀ ਬਾਕੀ ਸਾਰੇ ਐਗਜ਼ਾਮ ਛੱਡਦੇ ਹੋਣਗੇ ਉਹਨੇ ਇੱਕ ਕੰਬਾਈਨਡ ਤਿਆਰੀ ਕੀਤੀ ਹੋएगी ਕਿਉਂਕਿ ਨਾ ਬੱਚਿਆਂ ਨਾਲ ਆਪਾਂ ਸੁਣਦੇ ਹੋਂ ਟਿੱਕਰ ਸਾਰਿਆਂ ਦਾ ਇਹ ਹੁੰਦਾ ਵੀ ਸ਼ਾਇਦ ਆਪਣਾ ਬਹੁਤ ਵੱਡਾ ਗੋਲ ਬਣਾ ਲਿਆ ਉਹਨੇ ਆਪਦਾ ਆਪਦਾ ਏਮ ਬਣਾ ਲਿਆ ਵੀ ਮੈਂ ਇਹ ਸਿਲੈਕਟ ਇਹ ਟਾਰਗੇਟ ਕਰਨਾ ਹੀ ਕਰਨਾ ਇਸੇ ਨੂੰ ਬਹੁਤ ਵੱਡਾ ਡ੍ਰੀਮ ਸੀ ਉਹਦਾ ਕਿਉਂਕਿ ਕਲੈਰੀਕਲ ਐਗਜ਼ਾਮ ਦੇ ਵਿੱਚ ਜੌਬ ਲੈਣਾ ਮੈਨੇ ਮੰਨਦਾ ਵੀ ਆਪਣਾ ਕੋਈ ਡ੍ਰੀਮ ਲੈ ਕੇ ਚੱਲੇ ਆਪਾਂ ਕਿਉਂਕਿ ਕਿਸੇ ਵੀ ਗਵਰਨਮੈਂਟ ਦੀ ਆਪ ਤਾਂ ਸਿੱਧੀ ਜੀ ਗੱਲ ਆ ਆਪਣਾ ਜਿਹੜਾ ਟਾਰਗੇਟ ਏ ਹੁੰਦਾ ਵੀ ਆਪਾਂ ਵਧੀਆ ਗਵਰਨਮੈਂਟ ਜੌਬ ਲੈ ਕੇ ਆਪਣੇ ਆਪ ਨੂੰ ਫਾਈਨੈਂਸ਼ਲੀ ਸਟੇਬਲ ਰੱਖ ਕਰਨਾ ਬਟ ਹਾਂ ਬੱਚੇ ਉਹ ਵੀ ਜਿਹੇ ਹੁੰਦੇ ਨੇ ਜਿਨ੍ਹਾਂ ਦਾ ਮੰਨ ਲਓ ਪੀਸੀਐਸ ਦਾ ਐਗਜ਼ਾਮ ਕਰੈਕ ਕਰਨਾ ਡ੍ਰੀਮ ਹੁੰਦਾ ਜਾਂ ਹਾਇਰ ਗੋਲ ਰੱਖੇ ਹੁੰਦੇ ਨੇ ਕਈ ਬੱਚਿਆਂ ਨੇ ਉਹ ਇੱਕ ਅਲੱਗ ਚੀਜ਼ ਆ ਪਰ ਜਿੱਥੇ ਗੱਲ ਕਰੀਏ ਕੋਈ ਵੀ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰਦਾ ਤਾਂ ਮੇਨ ਜਿਹੜਾ ਗੋਲ ਆਪਣਾ ਇਹੀ ਹੁੰਦਾ ਵੀ ਆਪਣਾ ਲਾਈਫ ਸੈੱਟ ਕਰਨੀ ਆ ਤੇ ਆਪ ਦਾ ਜਿਹੜਾ ਫਾਈਨੈਂਸ਼ਲੀ ਸਟੇਬਲ ਕਰਨਾ ਆ ਉਹਦੇ ਆਪ ਨੂੰ ਤਾਂ ਇਹ ਮਾਈਂਡ ਸੈਟ ਹੁੰਦਾ ਆਪਣਾ ਬਟ ਜਦੋਂ ਤਿਆਰੀ ਕਰਦੇ ਆ ਆ ਤਿਆਰੀ ਦੇ ਵਿੱਚ ਆਪਣਾ ਮਾਈਂਡਸੈਟ ਇਹ ਹੋਣਾ ਚਾਹੀਦਾ ਵੀ ਜੇ ਕੋਈ ਵੀ ਜੌਬ ਦੀ ਮੈਂ ਤਿਆਰੀ ਕਰ ਰਿਹਾ ਤਾਂ ਕੀ ਮੈਂ ਉਸ ਦੇ ਰਿਲੇਟਡ ਜਿਹਦੀ ਤਿਆਰੀ ਕਰੂੰਗਾ ਜਿਸ ਟਾਈਮ ਮੈਂ ਉਹ ਟਾਈਮ ਨੂੰ ਮੈਂ ਪੇ ਕਰਪਣਾ ਉਹਨੂੰ ਜੇ ਮੰਨ ਲਓ 6 ਮਹੀਨੇ ਨੇ ਹੁਣ ਮੈਂ ਇਸ ਵੀਡੀਓ ਦੇ ਵਿੱਚ ਤੁਹਾਨੂੰ 6 ਮਹੀਨੇ ਦੀ ਗੱਲ ਕੀਤੀ ਆ ਪਹਿਲਾਂ ਖੁਦ ਨੂੰ ਸਵਾਲ ਪੁੱਛ ਕੇ ਦੇਖੋ ਤੁਸੀਂ ਵੀ ਕੀ ਤੁਸੀਂ 6 ਮਹੀਨੇ ਪੇ ਕਰ ਸਕਦੇ ਹੋ ਉਹਦੇ ਲਈ ਉਸ ਐਗਜ਼ਾਮ ਦੀ ਤਿਆਰੀ ਲਈ ਜੇ ਹਾਂ ਕਰ ਸਕਦੇ ਹੋ ਤਾਂ ਫਿਰ ਤੁਹਾਡੇ ਲਈ ਬਹੁਤ ਵਧੀਆ ਗੱਲ ਆ ਵੈਲੈਂਟ ਗੁੱਡਾ ਫਿਰ ਤੁਸੀਂ ਇਸ ਵੀਡੀਓ ਦੇ ਨਾਲ ਅੱਗੇ ਅੱਗੇ ਵਧ ਕੇ ਚੀਜ਼ਾਂ ਨੂੰ ਸਮਝ ਸਕਦੇ ਹੋ ਵੀ ਮੈਂ ਕੀ ਗੱਲ ਕਰਾਂਗਾ ਕਿਉਂਕਿ ਕਈ ਵਾਰ ਹੁੰਦਾ ਵੀ ਆਪਾਂ ਕਈ ਬੱਚੇ ਵਜੋਂ ਹੁੰਦੇ ਨੇ ਜਿਹੜੇ ਦੂਜਿਆਂ ਨੂੰ ਦੇਖ ਕੇ ਵੀ ਕੋਈ ਬੰਦਾ ਜੌਬ ਤੇ ਲੱਗਿਆ ਹੋਇਆ ਫਿਰ ਤਿਆਰੀ ਸ਼ੁਰੂ ਕਰ ਦਿੰਦੇ ਨੇ ਵੀ ਹਾਂ ਉਹ ਲੱਗਿਆ ਤੇ ਫਿਰ ਮੈਂ ਵੀ ਲੱਗਣਾ ਤੇ ਉਹ ਜਿਹੜੀ ਸਪਾਰਕ ਕੁਝ ਟਾਈਮ ਬਾਅਦ ਜਿਹੜੀ ਆ ਇੱਕ ਵਾਰੀ ਤਾਂ ਰਹਿੰਦੀ ਆ ਉਦੋਂ ਬਾਅਦ ਡਾਊਨ ਹੋਣ ਲੱਗ ਜਾਂਦੀ ਆ ਤਾਂ ਇਹ ਚੀਜ਼ ਨਾ ਹੋਵੇ ਤਾਂ ਪਹਿਲਾਂ ਹੀ ਆਪਦੇ ਨਾਲ ਆਪ ਨੂੰ ਮਾਈਂਡ ਸੈਟ ਬਣਾ ਕੇ ਚੱਲੋ ਵੀ ਬਸ 6 ਮਹੀਨੇ ਦੇਨੇ ਆ ਮਟਕਾ ਕੇ 6 ਮ ਜੇ 6 ਮਹੀਨੇ ਤੱਕ ਕੇ ਮੈਂ ਆਪ ਦਾ ਮਾਈਂਡਸੈਟ ਬਣਾ ਲਿਆ ਪਹਿਲਾਂ ਹੀ ਤੇ ਫਿਰ ਮੈਂ ਉਹਨੂੰ ਜਿਹੜਾ ਹਾਸਲ ਕਰ ਸਕਦਾ ਕਿਉਂਕਿ ਜਦੋਂ ਤੁਹਾਡਾ ਮਾਈਂਡਸੈਟ ਇੱਕ ਵਾਰੀ ਪ੍ਰੀਪੇਅਰ ਹੋ ਗਿਆ ਵੀ ਮੈਂ ਤਿਆਰੀ ਕਰਨੀ ਆ ਸਿਲੇਬਸ ਵਗੈਰਾ ਸਭ ਤੁਸੀਂ ਦੇਖ ਲਓਗੇ ਸਭ ਰਿਸਰਚ ਕਰ ਲਓਗੇ ਸਾਰਾ ਕੁਝ ਹੋ ਜਾਊਗਾ ਪਰ ਪਹਿਲਾਂ ਤਾਂ ਮਾਈਂਡਸੈਟ ਹੋਣਾ ਜ਼ਰੂਰੀ ਆ ਤੇ ਇਹ ਵੀ ਨਹੀਂ ਡਰਨਾ ਵੀ ਜੇ ਮੈਂ 6 ਮਹੀਨੇ ਕਿਹਾ ਤਾਂ ਵਿਦਿਆ ਅਧਿਆਰੀ ਦੇ ਤੁਸੀਂ 12 12 14 14 ਘੰਟੇ ਪੜ੍ਹਨਾ ਇੰਨਾ ਕੋਈ ਨਹੀਂ ਪੜ੍ਹਦਾ ਈਵਨ ਕਿ ਜਿਹੜੇ ਬੱਚੇ ਕਿੰਨੇ ਆ ਆਪਾਂ ਵੀ ਜਿਨ੍ਹਾਂ ਨੇ ਜੌਬ ਲਈ ਆ ਹਾਂ ਜੇ ਤਾਂ ਕੋਈ ਆਈਐਸ ਦੀ ਤਿਆਰੀ ਕਰ ਰਿਹਾ ਪਾਈ ਪੀਸੀਐਸ ਦੇ ਹਾਇਰ ਲੈਵਲ ਦੇ ਇਗਜ਼ਾਮ ਦੀ ਤਿਆਰੀ ਕਰ ਰਿਹਾ ਤਾਂ ਅਲੱਗ ਚੀਜ਼ ਆ ਪਰ ਮੈਂ ਇੱਕ ਆਮ ਪੇਪਰਾਂ ਦੇ 90% ਜਿਹੜੇ ਪੇਪਰ ਹੁੰਦੇ ਨੇ ਉਹਨਾਂ ਦੀ ਲੈ ਕੇ ਗੱਲ ਚੱਲ ਜੇਵੇਂ ਕਲੈਦਿਕਲ ਇਗਜ਼ਾਮ ਹੋ ਗਏ ਜਾਂ ਮਾਸਟਰ ਕੈਡਰ ਦਾ ਵੀ ਇਵਨ ਕਿ ਵਿੱਚ ਇਨਕਲੂਡਡ ਆ ਕਿਉਂਕਿ ਮੇਰੇ ਨੌਨ ਚ ਵੀ ਬੰਦੇ ਨੇ ਜਿਹੜੇ ਕਿ 6-6 ਮਹੀਨਿਆਂ ਦੇ ਵਿੱਚ ਹੀ ਮਾਸਟਰ ਕੈਡਰ ਦਾ ਪੇਪਰ ਜਿਹੜਾ ਕ੍ਰੈਕ ਕਰ ਗਏ ਨੇ ਤਾਂ ਉਹ ਸਾਰੀਆਂ ਚੀਜ਼ਾਂ ਨੂੰ ਆਪਾਂ ਕਨਕਲੂਡ ਕਰਾਂਗੇ ਇਹਦੇ ਵਿੱਚ ਆਈਐਸ ਇਗਜ਼ਾਮ ਵਰਡੇ ਇਨਨੇ ਲੈਵਲ ਦੇ ਇਗਜ਼ਾਮ ਨੂੰ ਨਹੀਂ ਇੱਥੇ ਟਾਰਗੇਟ ਕਰ ਰਹੇ ਆਪਾਂ ਆਪਾਂ ਓਵਰਆਲ ਜਿਹੜੇ ਇਗਜ਼ਾਮ ਹੁੰਦੇ ਨੇ ਤੇ ਜਿਹੜੀ ਮੈਂ ਗੱਲ ਕਰ ਰਿਹਾ ਸੀ ਉਹ ਬੱਚੇ ਜਿਹੜੇ ਕ੍ਰੈਕ ਕਰਦੇ ਨੇ ਇਹ ਅਫਵਾਹੀ ਹੁੰਦੀ ਹੈ ਵੀ 14-14 ਘੰਟੇ ਪੜ੍ਹੇ ਆ 16-16 ਘੰਟੇ ਪੜ੍ਹੇ ਆ ਇੰਨਾ ਲਗਾਤਾਰ ਕੋਈ ਨਹੀਂ ਪੜ ਸਕਦਾ ਇਹ ਫ੍ਰੈਂਕ ਚੀ ਗੱਲ ਆ ਬਟ ਜਿੰਨਾ ਪੜਦੇ ਨੇ ਉਹ ਟਿਕਾ ਕੇ ਪੜਦੇ ਨੇ ਉਹਦੇ ਬਾਰੇ ਆਪਾਂ ਅੱਗੇ ਗੱਲ ਕਰਾਂਗੇ ਤਾਂ ਪਹਿਲਾਂ ਤਾਂ ਮਾਈਂਡਸੈਟ ਹੋਣਾ ਜ਼ਰੂਰੀ ਆ ਤੁਹਾਡਾ ਵੀ ਤੁਸੀਂ ਤਿਆਰੀ ਕਰ ਰਹੇ ਹੋ ਤਾਂ ਕੀ ਤੁਸੀਂ ਆਪਦੀ ਜਿਹੜੀ 6 ਮਹੀਨਿਆਂ ਦਾ ਟਾਈਮ ਉਹਨੂੰ ਡੈਡੀਕੇਸ਼ਨ ਨਾਲ ਦੇ ਸਕਦੇ ਹੋ ਪਹਿਲਾਂ ਇਸ ਚੀ ਲਈ ਪ੍ਰਿਪੇਅਰ ਹੋ ਕਿਵੇਂ ਦੇਣਾ ਉਹਦੇ ਬਾਰੇ ਅੱਗੇ ਗੱਲ ਕਰਾਂਗੇ ਹੁਣ ਸੈਕੰਡ ਚੀਜ਼ ਹੁੰਦੀ ਆ ਹੈਬਿਟ ਕਿਉਂਕਿ ਜਿਹੜੀ ਮੈਂ 6 ਮਹੀਨਾ ਦੀ ਗੱਲ ਕੀਤੀ ਇਹ 6 ਮਹੀਨਾ ਦੇ ਲਈ ਆਪਣੀ ਹੈਬਿਟਸ ਫਾਰਮ ਹੋਣੀ ਜ਼ਰੂਰੀ ਆ ਹੈਬਿਟਸ ਬਹੁਤ ਵੱਡਾ ਵੱਡਾ ਰੋਲ ਆਪਣਾ ਅਦਾ ਕਰਦੀਆਂ ਨੇ ਕਿਉਂਕਿ ਜਿਹੜੇ ਬੱਚੇ ਸਿਲੈਕਸ਼ਨ ਲੈਂਦੇ ਨੇ ਉਹਨਾਂ ਦੀ ਕਿਤੇ ਨਾ ਕਿਤੇ ਹੈਬਿਟ ਬਣੀ ਹੁੰਦੀ ਆ ਵੀ ਉਹ ਚੰਗੀ ਤਰ੍ਹਾਂ ਪੜ੍ਹ ਲੈਂਦੇ ਨੇ ਚੀਜ਼ਾਂ ਨੂੰ ਸਮਝ ਲੈਂਦੇ ਨੇ ਯਾਦ ਰੱਖ ਲੈਂਦੇ ਨੇ ਰੀਟੇਨ ਕਰ ਪਾਉਂਦੇ ਨੇ ਤੇ ਇਹੀ ਹੈਬਿਟ ਉਹਨਾਂ ਦੀ ਪੇਪਰ ਦੇ ਵਿੱਚ ਕੰਮ ਹੁੰਦੀ ਆ ਤੇ ਹੁਣ ਜੇ ਮੈਂ ਗੱਲ ਕਰਾਂ ਹੈਬਿਟ ਫਾਰਮ ਹੋਂ ਦੀ ਕਿਉਂਕਿ ਇਹਦੇ ਵਿੱਚ এনवायरमेंट ਦਾ ਬਹੁਤ ਵੱਡਾ ਰੋਲ ਆ ਆਪਣੇ ਆਲੇ ਦੁਆਲੇ ਦਾ ਤੁਸੀਂ ਆਪਦੇ ਆਲੇ ਦੁਆਲੇ ਦੇ ਪੰਜ ਬੰਦਿਆਂ ਦਾ ਮਤਲਬ ਪੰਜ ਬੰਦੇ ਚੱਕ ਲਓ ਜਿਹੜੇ ਤੁਹਾਡੇ এনवायरमेंट ਦੇ ਵਿੱਚ ਨੇ ਤੁਹਾਡੇ ਦੋਸਤ ਮਿੱਤਰ ਹੋ ਸਕਦੇ ਨੇ ਤੁਹਾਡੇ ਪਰਿਵਾਰ ਵਾਲੇ ਹੋ ਸਕਦੇ ਨੇ ਐਵਰੇਜ ਤੁਸੀਂ ਪੰਜ ਬੰਦਿਆਂ ਦਾ ਐਵਰੇਜ ਹੁੰਨੇ ਆ ਇਹ ਕਾਫੀ ਬਾਰੀ ਬੁਕਸ ਦੇ ਵਿੱਚ ਵੀ ਗੱਲ ਹੁੰਦੀ ਹੈ ਇਹ ਤੇ ਇਹ ਚੀਜ਼ ਸੱਚ ਵੀ ਆ ਕਿਉਂਕਿ ਜਿਹੋ ਦਾ ਤੁਹਾਡਾ এনवायरमेंट ਹੋਗਾ ਉਹੋ ਜੀ ਤੁਹਾਡੀ ਹੈਬਿਟ ਫਾਰਮ ਹੋ ਜਾਊਗੀ ਹੁਣ ਜੇ ਤੁਹਾਡੇ ਮੰਨ ਲਓ ਫੋਰ ਐਗਜ਼ਾਮਪਲ ਘਰੇ ਮਾਹੌਲ ਹੀ ਨਹੀਂ ਪੜਨ ਵਾਲਾ ਤਾਂ ਤੁਹਾਨੂੰ ਕਿਵੇਂ ਤੁਸੀਂ ਪੜ ਪਾਉਗੇ ਤਾਂ ਹੀ ਕਈ ਬੱਚੇ ਇਹ ਜਿਹੜਾ ਚੂਜ਼ ਕਰਦੇ ਨੇ ਵੀ ਅਲੱਗ ਜਾ ਕੇ ਰਹਿਣ ਲੱਗ ਜਾਂਦੇ ਨੇ ਪੀਜੀ ਵਗੈਰਾ ਦੇ ਵਿੱਚ ਉਹ ਇਸੇ ਕਰਕੇ ਆ ਵੀ ਉਹ এনवायरमेंट ਬਣਾਉਣਾ ਚਾਹੁੰਦੇ ਨੇ ਆਪਦਾ ਜਿੱਥੇ ਉਹ ਪੜ ਸਕਣ ਬਟ ਕਈ ਵਾਰੀ ਮਜਬੂਰੀ ਹੁੰਦੀ ਆਪਣੀ ਘਰ ਨਹੀਂ ਛੱਡ ਕੇ ਜਾ ਸਕਦੇ ਜਾਂ ਨਹੀਂ ਕਰ ਸਕਦੇ ਪਰ ਜੇ ਤੁਸੀਂ ਘਰ ਨਹੀਂ ਛੱਡ ਸਕਦੇ ਜਾਂ ਕਈ এনवायरमेंट ਚ ਨਹੀਂ ਬਾਹਰ ਆ ਸਕਦੇ ਉਸ ਤੋਂ ਤਾਂ ਕੁਛਕ ਟਾਈਮ ਆਪਦਾ ਜਿਹੜਾ ਤੁਸੀਂ ਆਪਦਾ ਲੱਗ ਕੱਟਣਾ ਸ਼ੁਰੂ ਕਰ ਦੋ ਘਰ ਦੇ ਵਿੱਚ ਹੀ ਭਾਵੇਂ ਜਦੋਂ ਕੋਈ ਖਾਲੀ ਰੂਮ ਲੋਕ ਕਰਕੇ ਆਪਦਾ ਬੈਠਣਾ ਸ਼ੁਰੂ ਕਰ ਦੋ ਜਿੱਥੇ ਤੁਹਾਨੂੰ ਕੋਈ ਡਿਸਟਰਬ ਨਾ ਕਰ ਸਕੇ ਘੰਟਾ-ਘੰਟੇ ਤੇ ਸ਼ੁਰੂ ਕਰ ਸਕਦੇ ਹੋ ਤੁਸੀਂ एनवायरमेंट ਦਾ ਰੋਲ ਦੇ ਵਿੱਚ ਇੱਕ ਚੀਜ਼ ਹੋਰ ਮੈਂ ਤੁਹਾਨੂੰ ਐਡ ਕਰਨੀ ਚਾਹੂੰਗਾ ਕਿਉਂਕਿ ਇਹ ਇਹ ਨਾ ਤੁਸੀਂ ਵੀ ਸ਼ਾਇਦ ਆਪਦੇ ਆਸ-ਪਾਸੇ ਦੇਖਿਆ ਹੋਗਾ ਤੁਸੀਂ ਧਿਆਨ ਨਾਲ ਇਹ ਚੀਜ਼ ਅਬਜ਼ਰਵ ਕੀਤੀ ਹੋਗੀ ਵੀ ਜਦੋਂ ਕੋਈ ਬੰਦਾ ਗਵਰਨਮੈਂਟ ਜੌਬ ਤੇ ਲੱਗ ਜਾਂਦਾ ਉਹਦੇ ਆਸ-ਪਾਸੇ ਉਹਦਾ ਭੈਣ ਭਰਾ ਜਿਹਦੇ ਆਸ-ਪਾਸੇ ਜਿਹਦਾ ਕੋਈ ਰਹਿਣ ਵਾਲਾ ਬੰਦਾ ਪਰਸਨ ਹੁੰਦਾ ਜਿਹੜਾ ਉਹ ਟੱਚ ਦੇ ਵਿੱਚ ਰਹਿੰਦਾ ਉਹ ਵੀ ਕੁਝ ਟਾਈਮ ਬਾਅਦ ਗਵਰਨਮੈਂਟ ਜੌਬ ਤੇ ਲੱਗ ਜਾਂਦਾ ਕਿਉਂਕਿ ਉਹਦੇ ਬਹੁਤ ਜ਼ਿਆਦਾ ਚਾਂਸ ਵੱਧ ਜਾਂਦੇ ਨੇ ਇਹ ਤੁਸੀਂ ਧਿਆਨ ਅਬਜ਼ਰਵ ਕਰੋ ਤੁਹਾਡੇ ਆਸ-ਪਾਸੇ ਬਹੁਤ ਸਾਰੇ ਐਗਜ਼ਾਮਪਲ ਦੇਖਣ ਨੂੰ ਮਿਲ ਜਾਣਗੇ ਕਿਉਂਕਿ ਹੁੰਦਾ ਕੀ ਹੈ ਨਾ ਜਦੋਂ ਜਿਹੜਾ ਬੰਦੇ ਨੂੰ ਗਵਰਨਮੈਂਟ ਜੌਬ ਲੱਗੀ ਹੋਈ ਆ ਕਿਉਂਕਿ ਉਹ ਉਹਨੇ ਵੀ ਤਾਂ ਗਵਰਨਮੈਂਟ ਜੌਬ ਦਾ ਡੈਡੀਕੇਸ਼ਨ ਨਾਲ ਤਿਆਰੀ ਕਰਕੇ ਲਈ ਹੋਊਗੀ ਤੇ ਉਹਦਾ ਉਹਦੇ ਉਹਦਾ ਇੱਕ ਔਰਾ ਬਣ ਜਾਂਦਾ ਉਹ ਬੰਦੇ ਦਾ ਕਿਉਂਕਿ ਜਿਹੋ ਜਿਹਾਂ ਬੰਦਾ ਹੋਊਗਾ ਆਸ-ਪਾਸੇ ਵੀ ਉਹਦੇ ਬੰਦਿਆਂ ਦੇ ਉਹਦਾ ਉਸ ਚੀਜ਼ ਦਾ ਅਸਰ ਪਾਊਗਾ ਹੀ ਪਾਊਗਾ ਤੇ ਜਿਹੜਾ ਬੰਦਾ ਜ਼ਿਆਦਾ ਟਾਈਮ ਉਹਨਾਂ ਰਹਿ ਰਿਹਾ ਜਾਂ ਉਹਦਿਆਂ ਉਹਦੇ ਛਤਰ ਛਾਇਆ ਦੇ ਵਿੱਚ ਰਹਿ ਰਿਹਾ ਕਹਿ ਸਕਦੇ ਆ ਤਾਂ ਉਹਦੇ ਤੇ ਉਹੋ ਜਿਹਾ ਅਸਰ ਪੈਣਾ ਸ਼ੁਰੂ ਹੋ ਜਾਂਦਾ ਉਹਦਾ ਔਰਾ ਜਿਹੜਾ ਇਹ ਵਾਈਬ੍ਰੇਸ਼ਨ ਉਹਦੇ ਨਾਲ ਮੈਚ ਆਉਣ ਲੱਗ ਜਾਂਦੀ ਆ ਤਾਂ ਕਿਤਨੇ ਕਿਤੇ ਉਹਦੀਆਂ ਵੀ ਹੈਬਿਟਸ ਦੂਸਰੇ ਬੰਦੇ 'ਚ ਆਉਣ ਲੱ ਤਾਂ ਉਹ ਚੀਜ਼ਾਂ ਨੂੰ ਲੈ ਕੇ ਉਹਦੀ ਸਮਝ ਉਹੋ ਜਿਹੀ ਹੋਣ ਲੱਗ ਜਾਂਦੀ ਆ ਤਾਂ ਇੱਥੋਂ ਇੱਕ ਚੀਜ਼ ਦੇਖਣ ਨੂੰ ਮਿਲਦੀ ਹੈ ਵੀ ਜੇ ਤੁਸੀਂ ਗਵਰਨਮੈਂਟ ਜੌਬ ਵਾਕਈ ਲੈਣਾ ਚਾਹੁੰਦੇ ਹੋ ਕੋਈ ਤਾਂ ਅੱਜ ਤੋਂ ਹੀ ਤੁਸੀਂ ਆਪਦੇ ਆਸਪਾਸ ਸਿਰਕਲ ਦੇ ਵਿੱਚ ਦੇਖੋ ਕਿਹੜਾ ਬੰਦਾ ਜਾਂ ਕੋਈ ਵੀ ਤੁਹਾਡੇ ਪਰਿਵਾਰ ਦੇ ਵਿੱਚ ਰਿਸ਼ਤਦਾਰੀ ਦੇ ਵਿੱਚ ਕਿਹੜਾ ਬੰਦਾ ਗਵਰਨਮੈਂਟ ਜੌਬ ਦੇ ਉੱਤੇ ਲੱਗਿਆ ਹੋਇਆ ਤੇ ਤੁਸੀਂ ਉਹਦੇ ਨਾਲ ਆਪਦਾ ਜਿਹੜਾ ਇਹ ਸਬੰਧ ਵਧਾਓ ਥੋੜਾ ਜਿਹਾ ਉਹਦੇ ਨਾਲ ਗੱਲਾਂਬਾਤਾਂ ਕਰੋ ਉਹਦੀ ਜੁੜੇ ਜੀ ਐਕਸਪੀਰੀਅੰਸ ਲਓ ਜਾਂ ਨੇਚਰਲੀ ਉਹਦੇ ਨਾਲ ਗੱਲਬਾਤ ਕਰਨ ਲੱਗ ਜੋਂਗੇ ਤੁਹਾਡੇ ਆਟੋਮੈਟਿਕਲੀ ਜਿਹੜਾ ਇਹ ਵਿਚਾਰ ਨੇ ਬਦਲਣ ਲੱਗ ਜਾਣਗੇ ਤੁਹਾਡੀ ਹੈਬਿਟ ਜਿਹੜੀ ਆ ਚੇਂਜ ਹੋਣ ਲੱਗ ਚੋਗੇ ਤਾਂ ਹੀ ਕਹਿੰਦੇ ਨੇ ਵੀ ਜਦੋਂ ਕੋਈ ਤੁਹਾਡੇ ਤੋਂ ਹੁਸ਼ਿਆਰ ਹੋਵੇ ਤੁਹਾਡਾ ਦੋਸਤ ਤਾਂ ਉਹ ਚੀਜ਼ ਤੋਂ ਤੁਹਾਨੂੰ ਫਾਇਦਾ ਹੀ ਹੁੰਦਾ ਨੁਕਸਾਨ ਕਦੇ ਨਹੀਂ ਹੁੰਦਾ ਤਾਂ ਇਹ ਆ ਵੀ ਜਿਉਈ ਕੋਈ ਵੀ ਬੰਦਾ ਤੁਹਾਡੇ ਆਸ-ਪਾਸ ਤੁਹਾਨੂੰ ਲੱਭਦਾ ਗੌਰਮਤ ਜਾਵ ਵਾਲਾ ਉਹਦੇ ਟੱਚ ਦੇ ਵਿੱਚ ਰਹੋ ਉਹਦੀ ਗਾਈਡੈਂਸ ਲਓ ਇਹ ਚੀਜ਼ ਨਾਲ ਤੁਹਾਨੂੰ ਬਹੁਤ ਫਾਇਦਾ ਹੋਊਗਾ ਫਿਰ ਤੁਹਾਨੂੰ ਆਟੋਮੈਟਿਕਲੀ ਤੁਹਾਡੀਆਂ ਹੈਬਿਟਸ ਜਿਹੜੀਆਂ ਨੇ ਚੇਂਜ ਹੋਣ ਲੱਗ ਜਾਣਗੀਆਂ ਹੋਰ ਤੁਸੀਂ ਕੀ ਕਰ ਸਕਦੇ ਹੋ ਹੈਬਿਟਸ ਨੂੰ ਇੰਪਰੂ ਕਿਉਂਕਿ ਕਈ ਵਾਰ ਨਾ ਕਈ ਬੱਚੇ ਹੁਣ ਜੇ ਮੈਂ ਤੁਹਾਨੂੰ ਕਹਦਾ ਵੀ ਤੁਸੀਂ ਲਿਖਣਾ ਸ਼ੁਰੂ ਕਰ ਦੋ ਰੋਜ਼ ਦਾ ਵੀ ਮੈਂ ਗੋਲ ਸੈੱਟ ਕਰਨਾ ਸ਼ੁਰੂ ਕਰ ਦੋ ਰੋਜ਼ ਦਾ ਇੱਕ ਇੱਕ ਦਿਨ ਦਾ ਜ ਮਤਲਬ ਟਾਈਮ ਟੇਬਲ ਸੈੱਟ ਕਰਨਾ ਸ਼ੁਰੂ ਕਰ ਦੋ ਤਾਂ ਉਹ ਤੁਸੀਂ 4 ਕਿ ਦਿਨ ਤਾਂ ਫੋਲੋ ਕਰੋਗੇ ਉਦੋਂ ਬਾਅਦ ਛੱਡ ਦੋਗੇ ਕਈ ਕਾਫੀਆਂ ਨਾਲ ਇਹ ਚੀਜ਼ ਹੁੰਦੀ ਆ ਵੀ ਉਹ ਆਪ ਦਾ ਜਿਹੜੀ ਹੈਬਿਟ ਛੱਡ ਦਿੰਦੇ ਨੇ ਕਿਉਂਕਿ ਉਹ ਵੀ ਇੱਕ ਹੈਬਿਟ ਹੀ ਆ ਨਾ ਆਪਦੇ ਜਿਹੜੇ ਗੋਲ ਲਿਖਣਾ ਡੇਲੀ ਦਾ ਵੀ ਮੈਂ ਕੀ ਕੰਮ ਕਰਨਾ ਉਹ ਵੀ ਇੱਕ ਹੈਬਿਟ ਆ ਕਿਉਂਕਿ ਹੁਣ ਤੱਕ ਆਪਾਂ ਨਹੀਂ ਪਈ ਹੋਈ ਉਹ ਤੇ ਉਹਨੂੰ ਪਾਉਣ ਲਈ ਆਪਾਂ ਨੂੰ ਕੀ ਕਰਨਾ ਮੈਂ ਉਹਦੇ ਬਾਰੇ ਦੱਸਦਾ ਤੁ ਹੁਣ ਤੋਂ ਮੰਨ ਲਓ ਤੁਸੀਂ ਫਿਲਹਾਲ ਕੁਝ ਨਹੀਂ ਕਰ ਰਹੇ ਨਾ ਤੁਸੀਂ ਤਿਆਰੀ ਕਰ ਰਹੇ ਹੋ ਤੁਹਾਨੂੰ ਲੱਗਦਾ ਤੁਸੀਂ ਟਾਈਮ ਵੇਸਟ ਕਰ ਰਹੇ ਹੋ ਫੋਨ ਦੇ ਵਿੱਚ ਚਾਚਰ ਘੰਟੇ ਤੁਸੀਂ ਪੰਜ ਪੰਜ ਘੰਟੇ ਫੋਨ ਚਲਾ ਰਹੇ ਹੋ ਸਕਰੋਲਿੰਗ ਕਰ ਰਹੇ ਹੋ ਇੰਸਟਾ ਤੇ ਰੀਲਸ ਦੇਖ ਰਹੇ ਹੋ ਤਾਂ ਤੁਸੀਂ ਕੀ ਕਰੋ ਉਹ ਸਾਰੀ ਚੀਜ਼ ਰਾਈਟ ਡਾਉਨ ਕਰਨੀ ਸ਼ੁਰੂ ਕਰ ਦਿਓ ਆਪਦੀ ਜਿਹੜੀ ਕਰੰਟ ਤੁਹਾਡੀ ਚ ਹੈਬਿਟਸ ਨੇ ਉਹਨਾਂ ਨੂੰ ਲਿਖਣਾ ਸ਼ੁਰੂ ਕਰ ਦਿਓ ਜੇ ਤੁਹਾਨੂੰ ਹੈ ਜੇ ਤੁਹਾਨੂੰ ਪੜ੍ਹਨ ਦੀ ਵੀ ਆਦਤ ਤਾਂ ਭਾਵੇਂ ਤੁਸੀਂ ਤੁਹਾਨੂੰ ਲੱਗਦਾ ਮੈਨੂੰ ਵੱਧ ਪੜ੍ਹਨਾ ਚਾਹੀਦਾ ਇਸ ਟਾਈਮ ਸਿਰਫ ਮੈਂ 2 ਘੰਟੇ ਪੜ੍ਹ ਰਿਹਾ ਤਾਂ ਤੁਸੀਂ ਉਹਨਾਂ ਨੂੰ ਵੀ ਲਿਖਣਾ ਸ਼ੁਰੂ ਕਰ ਦਿਓ ਵੀ ਅੱਜ ਮੈਂ 2 ਘੰਟ ਤੇ ਅੱਜ ਮੈਂ ਇਹਨੇ ਕੰਡ ਫੋਨ ਚੁਲਾਇਆ ਬਸ ਕਿਉਂਕਿ ਤੁਸੀਂ ਫਿਲਹਾਲ ਆਪਦੇ ਤੇ ਹੈਬਿਟ ਕੀ ਆਪਦੀ ਪਾਉਣੀ ਆ ਲਿਖਣ ਦੀ ਆਦਤ ਪਾਉਣੀ ਆ ਲਿਖਣ ਨਾਲ ਫਾਇਦਾ ਕੀ ਉਹ ਤੋਂ ਨੂੰ ਪਤਾ ਲੱਗੂਗਾ ਵੀ ਤੁਸੀਂ ਗਲਤੀਆਂ ਕੀ ਕਰ ਰਹੇ ਹੋ ਮਤਲਬ ਕਿੱਥੇ ਤੁਸੀਂ ਲੈਕ ਕਰ ਰਹੇ ਹੋ ਕਿਉਂਕਿ ਜਦੋਂ ਪੇਪਰ ਦੀ ਤਿਆਰੀ ਕਰਨ ਤੋਂ ਰਿਜ਼ਲਟ ਆਉਂਦਾ ਨਾ ਬੱਚੇ ਦਾ ਉਹਨੂੰ ਇਹ ਲੱਗਦਾ ਵੀ ਮੈਂ ਪੜਿਆ ਤਾਂ ਬਹੁਤ ਆ ਮੈਂ ਪੜ੍ਹਾਈ ਤਾਂ ਬਹੁਤ ਕੀਤੀ ਆ ਪਰ ਮੇਰੀ ਸਿਲੈਕਸ਼ਨ ਨਹੀਂ ਹੋਈ ਪਤਾ ਨਹੀਂ ਕਿਉਂ ਨਹੀਂ ਹੋਈ ਮੈਂ ਤਾਂ ਪੜਿਆ ਬਹੁਤ ਸੀਗਾ ਪਰ ਜੇ ਤੁਸੀਂ ਰਾਈਟ ਡਾਉਨ ਕਰੋਗੇ ਨਾ ਅੱਜ ਹੀ ਮੈਂ ਤੁਸੀਂ ਆਦਤ ਬਣਾ ਲਿਆ ਦੀ ਰਾਈਟ ਡਾਉਨ ਕਰਨ ਦੀ ਕੱਲ ਨੂੰ ਜਦੋਂ ਰਿਜ਼ਲਟ ਤੁਹਾਨੂੰ ਤੁਹਾਨੂੰ ਪਤਾ ਹੋਊਗਾ ਵੀ ਮੈਂ ਦਿੱਲੀ ਦੇ ਵਿੱਚ ਕੀ ਕੁਛ ਕੀਤਾ ਹੈ ਰੁਟੀਨ ਦੇ ਵਿੱਚ ਕਿਵੇਂ ਰਿਹਾ ਮੈਂ ਕਿਸ ਕਰਕੇ ਫਿਰ ਤੁਹਾਨੂੰ ਪਤਾ ਲੱਗੂਗਾ ਜੇ ਰਿਜ਼ਲਟ ਤੁਹਾਡਾ ਜਿਸ ਤਰੀਕੇ ਦਾ ਵੀ ਹੁੰਦਾ ਮੈਂ ਤਾਂ ਇਹੀ ਮੰਨਦਾ ਵੀ ਚੰਗਾ ਹੀ ਆਊਗਾ ਮੰਨ ਲਾ ਕਿਸੇ ਟਾਈਪ ਦਾ ਵੀ ਰਿਜ਼ਲਟ ਹੁੰਦਾ ਸਿਲੈਕਸ਼ਨ ਨਹੀਂ ਹੁੰਦੀ ਕਮ ਸੇ ਕਮ ਤੁਹਾਨੂੰ ਪਤਾ ਹੋਊਗਾ ਵੀ ਤੁਸੀਂ ਗਲਤੀਆਂ ਕਿੱਥੇ ਕੀਤੀਆਂ ਨੇ ਤੇ ਹੁਣ ਜਿਹੜੇ ਮੈਂ 6 ਮਹੀਨਿਆਂ ਦੀ ਗੱਲ ਕਰ ਰਿਹਾ ਹਾਂ ਜਿਸ ਇਸੇ ਤਰੀਕੇ ਨਾਲ ਫੋਲੋ ਕਰੋਗੇ ਤਾਂ ਬੈਸੇ ਤੁਹਾਡੀ 6 ਵੀ ਨਵੇਂ ਵਿੱਚ ਸਿਲੈਕਸ਼ਨ ਹੋ ਜਾਏਗੀ ਤਾਂ ਸਭ ਤੋਂ ਪਹਿਲਾਂ ਲਿਖਣ ਦੀ ਆਤ ਜਰੂਰ ਪਾਓ ਆਪਦੀ ਵੀ ਤੁਸੀਂ ਦਿੱਲੀ ਦਾ ਕੀ ਕਰਨਾ ਫਿਰ ਦੇਖੋ ਤੁਸੀਂ ਇੱਕ ਦਿਨ ਜੇ ਮਿਸ ਵੀ ਹੁੰਦਾ ਤੁਹਾਡਾ ਤਾਂ ਵੀ ਤੁਹਾਨੂੰ ਪਤਾ ਹੋਊਗਾ ਵੀ ਹਾਂ ਇਸ ਦਿਨ ਮੈਂ ਮਿਸ ਕੀਤਾ ਹੈ ਆਪਦੀ ਸਟੱਡੀ ਨੂੰ ਤੇ ਉਹਦੀ ਮੈਂ ਪਰਪਾਈ ਜਿਹੜੀ ਆ ਕਰ ਲੈਣੀ ਹੈ ਹੁਣ ਜਦੋਂ ਹੈਬਿਟਸ ਤੁਹਾਡੀ ਬਣ ਗਈਆਂ ਇਹੋ ਜੀਆਂ ਤੇ ਇੱਕ এনवायरमेंट ਦੇ ਵਿੱਚ ਹੀ ਤੁਹਾਡੀ ਉਹਦੇ ਬੰਦੇ ਜਿਹੜੇ ਟੱਚ ਦੇ ਵਿੱਚ ਰੱਖਣੇ ਸ਼ੁਰੂ ਕਰਤੇ ਵੀ ਜਿਹੜੇ ਆਲਰੇਡੀ ਗਵਰਨਮੈਂਟ ਜੌਬ ਦੇ ਉੱਤੇ ਨੇ ਤਾਂ ਫਿਰ ਤੁਹਾਡੇ ਜ਼ਿੰਦਗੀ ਦੇ ਵਿੱਚ ਆਊਗਾ ਡਿਸਪਲਨ ਕਿਉਂਕਿ ਇਹ ਹੈਬਿਟਸ ਹੀ ਤੁਹਾਡੇ ਜੀ ਡਿਸਪਲਨ ਫਾਰਮ ਕਰਨਗੇ ਜਿਹੜੇ ਮੈਂ ਤੁਹਾਨੂੰ ਦੱਸਿਆ ਆ ਲਿਖਣ ਦੀ ਆਦਤ ਨੇ ਵੀ ਤੁਹਾਡੀ ਡਿਸਪਲਨ ਪਾ ਦੇਣਾ ਹੁਣ ਡਿਸਪਲਿਨ ਦੇ ਵਿੱਚ ਇਹ ਨਹੀਂ ਹੁੰਦਾ ਕਦੇ ਵੀ ਵੀ ਜੇ ਮੰਨ ਲਓ ਤੁਸੀਂ ਸੱਤ ਦੇ ਸੱਤ ਦਿਨ ਹੀ ਪੜ੍ਹਾਈ ਕਰੀ ਜਾਂਦੇ ਹੋ ਜੇ ਇੱਕ ਦਿਨ ਕਦੇ ਮੰਨ ਲਓ ਕੋਈ ਮਜਬੂਰੀ ਬਣ ਗਈ ਜਾਂ ਤੁਹਾਨੂੰ ਕਿਤੇ ਜਾਣਾ ਪੈ ਗਿਆ ਜਾਂ ਤੁਸੀਂ ਇੱਕ ਦਿਨ ਕਿਸੇ ਦਾ ਬਰਥਡੇ ਪਾਰਟੀ ਆ ਗਈ ਤਾਂ ਤੁਸੀਂ ਉਹਨੂੰ ਵੀ ਮਿਸ ਕਰ ਦੋ ਵੀ ਉਹਨੂੰ ਵੀ ਤੁਸੀਂ ਕਹਿ ਦੋ ਵੀ ਨਹੀਂ ਮੈਂ ਡਿਸਪਲਿਨ ਆ ਕੋਈ ਕਈ ਵਾਰ ਇਹ ਤਾਂ ਚਲੋ ਫਿਰ ਵੀ ਪਾਰਟੀ ਵਗੈਰਾ ਤਾਂ ਆਪਾਂ ਛੱਡ ਸਕਦੇ ਆ ਪਰ ਕਈ ਵਾਰ ਰੱਬ ਨਾ ਕਰੇ ਕਈ ਵਾਰ ਕਿਸੇ ਨਾਲ ਕੋਈ ਘਟਨਾ ਵਾਪਰ ਜਾਂਦੀ ਆ ਕਿਸੇ ਰਿਸ਼ਤੇ ਸਕੇ ਸੰਬੰਧੀ ਨਾਲ ਕੋਈ ਉਹ ਜੋ ਬਿਮਾਰਠ ਮਾਰੋ ਐਂਦਾ ਜਿੱਥੇ ਆਪਾਂ ਨੂੰ ਆਪਣੀ ਪੜ੍ਹਾਈ ਦੇ ਉੱਤੇ ਇਫੈਕਟ ਪੈਂਦਾ ਤਾਂ ਉਹਨੂੰ ਵੀ ਤੁਸੀਂ ਐਕਸੈਪਟ ਕਰਨਾ ਉਹਨੂੰ ਵੀ ਐਕਸੈਪਟ ਕਰਨਾ ਵੀ ਹਾਂ ਜੇ ਹਫਤੇ ਚ ਇੱਕ ਦਿਨ ਮੈਨੂੰ ਮਿਸ ਵੀ ਹੋਇਆ ਤਾਂ ਉਹਦੀ ਪਰਪਾਈ ਮਾਰ ਕੇ ਕਰ ਲੈਣੀ ਆ ਨੈਕਸਟ ਡੇ ਕਰ ਲੈਣੀ ਆ ਤਾਂ ਡਿਸਪਲਿਨ ਚ ਤੁਸੀਂ ਕੀ ਕਰ ਸਕਦੇ ਹੋ ਜੇ ਮੰਨ ਲਓ ਤੁਸੀਂ ਆਪਦਾ ਟਾਈਮ ਫਿਕਸ ਕਰ ਲਿਆ ਵੀ ਮੈਂ ਸਵੇਰ ਪੜਨਾ ਜੇ ਮੰਨ ਲਓ ਸਵੇਰ ਨਹੀਂ ਪੜਾਇਆ ਗਿਆ ਤੁਹਾਡੇ ਤੋਂ ਸ ਸ਼ਾਮ ਨੂੰ ਪੜ ਲਓ ਦੁਪਹਿਰੇ ਪੜ ਲਓ ਘੰਟਾ ਮਿਲਦਾ ਅੱਧਾ ਘੰਟਾ ਪੜਦਾ ਅੱਧਾ ਘੰਟਾ ਪੜ ਲਓ ਤਾਂ ਉਹ ਆਤ ਨਾ ਛੱਡਣ ਦਿਓ ਜਿਹੜੀ ਡਿਸਪਲਿਨ ਫਾਰਮ ਕਰੋਗੀ ਤੁਹਾਡੇ ਤਾਂ ਇਹ ਡਿਸਪਲਿਨ ਜਦੋਂ ਤੁਸੀਂ ਰੱਖ ਲਿਆ ਆਪਦਾ 6 ਮਹੀਨੇ ਤਾਂ ਮੈਂ ਮੰਨਦਾ ਫਿਰ ਤੁਹਾਨੂੰ ਕੋਈ ਨਹੀਂ ਰੋਕ ਸਕਦਾ ਤੇ ਜੇ ਤੁਸੀਂ 6 ਘੰਟੇ ਵੀ ਰੋਜ਼ ਦਾ ਟਿਕਾ ਕੇ ਲਾ ਲੈਂਦੇ ਹੋ 6 ਘੰਟੇ 6 ਮਹੀਨੇ ਲਗਾ ਲੈਂਦੇ ਹੋ ਤਾਂ ਕੋਈ ਵੀ ਗਵਰਨਮੈਂਟ ਜੌਬ ਦੀ ਤਿਆਰੀ ਤੁਹਾਡੀ ਮਤਲਬ ਇੰਨੀ ਵਧੀਆ ਤਰੀਕੇ ਨਾਲ ਹੋ ਜੂ ਵੀ ਕੋਈ ਵੀ ਤੁਹਾਨੂੰ ਰੋਕ ਨਹੀਂ ਸਕਦਾ ਕਿ ਤੁਹਾਡੀ ਸਿਲੇਕਸ਼ਨ ਨਾ ਹੋਵੇ ਦੂਸਰੀ ਗੱਲ ਇੱਕ ਬਹੁਤ ਵਧੀਆ ਚੀਜ਼ ਮੇਰੇ ਦਿਮਾਗ ਚ ਆਈ ਆ ਵੀ ਜੇ ਮੰਨ ਲਓ ਹੁਣ ਕੋਈ ਤਿਆਰੀ ਕਰਨ ਲੱਗਦਾ ਕੋਈ ਵੀ ਬੰਦਾ ਹੁਣ ਕਈ ਵਾਰੀ ਕੀ ਹੁੰਦੇ ਨੇ ਜਿਹੜੇ ਪੇਪਰਾਂ ਦੇ ਵਿੱਚ ਜਿਵੇਂ ਕਰੰਟ ਅਫੇਅਰ ਹੁੰਦੇ ਨੇ ਹੁਣ ਆਪਾਂ ਨੂੰ ਤਾਂ ਪਤਾ ਨਹੀਂ ਵੀ 6 ਮਹੀਨੇ ਬਾਅਦ ਪੇਪਰ ਹੋਣਾ ਜਾਂ ਤੁਹਾਡਾ 12 ਮਹੀਨੇ ਬਾਅਦ ਪਉਣਾ ਜਿਵੇਂ ਹੁਣ ਕਰੰਟ ਅਫੇਅਰ ਹੁੰਦੇ ਆ ਕਰੰਟ ਅਫੇਅਰ ਤਾਂ ਕੰਰੈਂਟਲੀ ਆ ਨਾ ਵੀ ਨਿਊਜ਼ ਨੇ ਉਹ 6 ਮਹੀਨੇ ਦੀਆਂ ਮੰਨ ਲਓ ਸੈਪਟੰਬਰ ਚੱਲੀ ਜਾਂਦਾ ਹੁਣ ਮਹੀਨਾ ਸੈਪਟੰਬਰ ਮਹੀਨੇ ਤੋਂ ਲੈ ਕੇ ਮੰਨ ਲਓ ਫਰਵਰੀ ਮਹੀਨੇ ਤੱਕ ਕਰਦੇ ਆ ਕਰੰਟ ਅਫੇਅਰ ਪਰ ਪੇਪਰ ਹੋਣਾ ਮੰਨ ਲਓ ਅਗਲੇ ਸਾਲ ਦੇ ਅਕਤੂਬਰ ਮਹੀਨੇ ਦੇ ਵਿੱਚ ਤਾਂ ਕਈ ਬੱਚੇ ਸੋਚ ਜਾਂਦੇ ਨੇ ਵੀ ਮੈਂ ਕਰੰਟ ਅਫੇਅਰ ਵੀ ਉਦੋਂ ਹੀ ਪੜ੍ਹਾਂਗਾ ਇਸ ਤੋਂ ਪਹਿਲਾਂ ਵਾਲੇ ਮਹੀਨੇ ਚ ਮੰਨ ਲਓ ਫਰਵਰੀ ਤੋਂ ਲੈ ਕੇ ਅਕਤੂਬਰ ਮਹੀਨੇ ਇਹੀ ਕਰੰਟ ਅਫੇਅਰ ਪੜ੍ਹਨੇ ਆ ਆ ਤਾਂ ਮੈਂ ਜੇ ਮਲ ਅਕਤੂਬਰ ਚ ਵੀ ਹੋਣਾ ਤਾਂ ਹਜੇ ਤਾਂ ਤੁਹਾਨੂੰ ਇਹ ਚੀਜ਼ ਨਹੀਂ ਪਤਾ ਨਾ ਵੀ ਅਕਤੂਬਰ ਚ ਹੀ ਹੋਣਾ ਕਿ ਨਹੀਂ ਤਾਂ ਉਹ ਸੋਚਦੇ ਨੇ ਮੈਂ ਫਰਵਰੀ ਤੋਂ ਹੀ ਸ਼ੁਰੂ ਕਰੂੰਗਾ ਅਗਲੇ ਸਾਲ ਤੋਂ ਤੇ ਅਕਤੂਬਰ ਤੱਕ ਪੜੋ ਬਟ ਹੁਣ ਜਿਹੜਾ ਪੜੋਂਗੇ ਨਾ ਤੁਸੀਂ ਭਾਵੇਂ ਥੋੜਾ ਥੋੜਾ ਹੀ ਪੜੋ ਉਹਦੇ ਨਾਲ ਭਾਵੇਂ ਤੁਹਾਡਾ ਉਹ ਪੇਪਰ ਦੇ ਵਿੱਚ ਕੰਮ ਨਾ ਆਵੇ ਪਰ ਤੁਹਾਨੂੰ ਆਦਤ ਫਾਰਮ ਹੋ ਜਾਊਗੀ ਤੁਹਾਨੂੰ ਆ ਹੈਬਿਟ ਫਾਰਮ ਹੋ ਜਾਊਗੀ ਪੜਨ ਦੀ ਪਰ ਜਿਹੜਾ ਬੰਦਾ ਫਰਵਰੀ ਤੋਂ ਹੀ ਸ਼ੁਰੂ ਕਰੂਗਾ ਅਕਤੂਬਰ ਦੇ ਪੇਪਰ ਲਈ ਪਹਿਲਾਂ ਤਾਂ ਉਹਨੂੰ ਇੱਕ ਦੋ ਮਹੀਨੇ ਹੱਥ ਪਹੁੰਚੇ ਲੱਗ ਜਾਣਗੇ ਤੇ ਉਹੀ ਟਾਈਮ ਉਹਦਾ ਵੇਸਟ ਹੋ ਜਾਊਗਾ ਤੇ ਜਿਵੇਂ ਫੋਰ ਐਗਜ਼ਾਮਪਲ ਇੰ ਇੰਗਲਿਸ਼ ਪੰਜਾਬੀ ਹੁਣ ਹਰੇਕ ਪੇਪਰ ਚ ਆਉਂਦੀ ਆ ਹੁਣ ਇੰਗਲਿਸ਼ ਪੰਜਾਬੀ ਤੁਹਾਡੀ ਹੁਣੇ ਇੰਨੀ ਪੱਕੀ ਹੋਣੀ ਚਾਹੀਦੀ ਆ ਭਾਵੇਂ ਪੇਪਰ ਤੁਹਾਡਾ 6 ਮਹੀਨੇ ਬਾਅਦ ਹੋਵੇ ਭਾਵੇਂ 1 ਸਾਲ ਬਾਅਦ ਹੋਵੇ ਫਿਰ ਤੱਕ ਅਲੀ ਰਿਵੀਜ਼ਨ ਵੱਜ ਜਾ ਤੇ ਜਿਹੜੇ ਬਾਕੀ ਦੇ ਸਬਜੈਕਟ ਹੁੰਦੇ ਨੇ ਮੰਨ ਲਓ ਮੈਥ ਹੋ ਗਿਆ ਰੀਜ਼ਨਿੰਗ ਹੋ ਗਿਆ ਜਿੱਥੇ ਤੁਹਾਨੂੰ ਲੱਗਦਾ ਵੀ ਮੈਨੂੰ ਮਿਹਨਤ ਕਰਨ ਦੀ ਲੋੜ ਆ ਜਾਂ ਜਿਹੜੀ ਮੇਰੀ ਵੀਕਨੈਸ ਨੇ ਫਿਰ ਉੱਤੇ ਕੰਮ ਕਰ ਸਕਦੇ ਹੋ ਤੁਸੀਂ ਉਹ ਮੈਂ ਅੱਗੇ ਸਿਲੇਬਸ ਦੇ ਵਿੱਚ ਡਿਸਕਸ ਕਰਦਾ ਪਰ ਪਹਿਲਾਂ ਹੈਬਿਟ ਜਿਹੜੀ ਆ ਇਸ ਤਰੀਕੇ ਨਾਲ ਫਾਰਮ ਕਰਨੀ ਆ ਵੀ ਮੈਂ ਅੱਜ ਤੋਂ ਹੀ ਕੰਮ ਕਰਨਾ ਉੱਤੇ ਅਗਲੇ 6 ਮਹੀਨੇ ਤੱਕਰ ਇਹ ਨਹੀਂ ਵੀ ਜਦੋਂ ਪੇਪਰ ਬਾਰੇ ਆਊਗਾ ਕਿਉਂਕਿ ਫਿਰ ਉਹੀ ਆ ਵੀ ਜੇ 100 ਬੱਚੇ ਪੇਪਰ ਨੂੰ ਮਤਲਬ ਪੋਸਟ ਭਰ ਰਹੇ ਨੇ 100 ਬੱਚੇ ਤਾਂ ਵਿੱਚੋਂ 5 ਹੀ ਜੌਬ ਲੈ ਕੇ ਜਾਣਗੇ ਤਾਂ ਤੁਸੀਂ ਉਹ ਪੰਜਾਂ ਵਾਲੀ ਹੈਬਿਟ ਫਾਰਮ ਕਰਨੀ ਆ ਹੋਣਾ ਜੇ ਤੁਸੀਂ ਸੋਚ ਲਿਆ ਨਾ ਵੀ ਪੇਪਰ ਜਦੋਂ ਨਿਕਲੂਗਾ ਉਸ ਤੋਂ ਬਾਅਦ ਹੀ ਪੜ੍ਹਨਾ ਸ਼ੁਰੂ ਕਰਨਾ ਫਿਰ ਤਾਂ ਉਹ 95 ਵਾਲਾ ਤੁਸੀਂ ਮਤਲਬ ਹੈਬਿਟ ਬਣਾ ਰਹੇ ਹੋ ਜਿਹੜੇ 95 ਨੇ ਸਿਲੈਕਸ਼ਨ ਨਹੀਂ ਹੋਣੀ ਤੁਸੀਂ ਉਸ ਦਾਇਰੇ ਦੇ ਵਿੱਚ ਆ ਰਹੇ ਹੋ ਪਰ ਮੈਂ ਇਹ ਚਾਹਨਾ ਵੀ ਤੁਸੀਂ ਉਹ 5% ਵਾਲੇ ਦਾਇਰੇ ਦੇ ਵਿੱਚ ਆਓ ਜਿਹੜੇ 4% ਬੱਚੇ ਜਿਹੜੇ ਸਿਲੈਕਸ਼ਨ ਲੈਂਦੇ ਨੇ ਤੇ ਉਹ ਤਾਂ ਹੀ ਹੋਊਗਾ ਜੇ ਤੁਸੀਂ ਆਪਦਾ ਮਾਈਂਡਸੈਟ ਇਹ ਬਣਾ ਕੇ ਚੱਲੋਗੇ ਵੀ ਮੈਂ ਆਪਦੀ ਪੜਨ ਦੀ ਹੈਬਿਟ ਫਾਰਮ ਕਰਨੀ ਆ ਤੇ ਉਹ 5% ਵਾਲਾ ਚ ਜਾਣਾ ਨੈਕਸਟ ਅੱਗੇ ਜੇ ਸਿਲੇਬਸ ਦੀ ਹੁਣ ਗੱਲ ਕਰਾਂ ਮੈਂ ਕਿਵੇਂ ਤੁਸੀਂ ਸਿਲੇਬਸ ਨੂੰ ਟੈਕਲ ਕਰ ਸਕਦੇ ਹੋ ਹੁਣ ਮੈਂ ਇੱਕ ਕਾਮਨ ਐਗਜ਼ਾਮਪਲ ਚੱਕਦਾ ਜੇ ਤਾਂ ਮੰਨ ਲਓ ਤੁਹਾਡਾ ਪੇਪਰ ਕਲੈਰੀਕਲ ਜਾਂ ਕੋਈ ਵੀ ਪਟਵਾਰੀ ਦਾ ਪੇਪਰ ਹੈ ਉਹਦੇ ਵਿੱਚ ਇੰਗਲਿਸ਼ ਪੰਜਾਬੀ ਹੁੰਦੀ ਆ ਤੁਹਾਨੂੰ ਪਤਾ ਮੈਥ ਹੁੰਦਾ ਹਿਸਟਰੀ ਹੁੰਦੀ ਆ ਤੇ ਇੱਕ ਕੁਝ ਰੀਜ਼ਨਿੰਗ ਦੇ ਟੌਪਿਕ ਹੁੰਦੇ ਨੇ ਤੇ ਜੇ ਤੁਸੀਂ ਮਾਸਟਰ ਕੈਡਰ ਦੀ ਤਿਆਰੀ ਕਰਦੇ ਹੋ ਤਾਂ ਤੁਹਾਡਾ ਹੁਣ ਪੰਜਾਬੀ ਤਾਂ ਆਉਣੀ ਆਉਣੀ ਆ ਕਿਉਂਕਿ ਪੰਜਾਬੀ ਸਰਕਾਰ ਨੇ ਕਰਤਾ ਵੀ ਪੰਜਾਬੀ ਦਾ ਟੈਸਟ ਤੁਹਾਡਾ ਹੋਣਾ ਹੀ ਹੋਣਾ। ਪਲੱਸ ਜਿਹੜਾ ਤੁਹਾਡਾ ਆਪ ਦਾ ਸਬਜੈਕਟ ਹੈ ਜਿਹਦੇ ਲਈ ਤੁਸੀਂ ਤਿਆਰੀ ਕਰ ਰਹੇ ਹੋ ਹੋ ਸਕਦਾ ਹੈ ਕਿ ਮੈਥ ਸਾਇੰਸ ਦੇ ਮਾਸਟਰ ਕੈਡਰ ਦੀ ਤਿਆਰੀ ਕਰਦੇ ਹੋ ਤੇ ਕਿਉਂਕਿ ਇੱਥੇ ਪੇਪਰ ਕਈ ਤਰ੍ਹਾਂ ਦੇ ਨੇ ਤਾਂ ਮੈਂ ਇੱਕ ਕਾਮਨ ਗੱਲ ਤੁਹਾਨੂੰ ਦੱਸਣਾ ਚਾਹੁੰਗਾ ਸਾਰੇ ਪੇਪਰਾਂ ਲਈ ਪਹਿਲਾਂ ਤੁਸੀਂ ਕਾਮਨ ਸਬਜੈਕਟ ਚੱਕਣਾ ਜਿਵੇਂ ਪੰਜਾਬੀ ਹੁਣ ਤੁਹਾਨੂੰ ਪਤਾ ਕਾਮਨ ਹੈ। ਪੰਜਾਬੀ ਸਬਜੈਕਟ ਜਾਂ ਇੰਗਲਿਸ਼ ਹਰੇਕ ਪੇਪਰ ਜ਼ਿਆਦਾਤਰ ਆਉਂਦੀ ਹੁੰਦੀ ਆ। 70% ਇਹੋ ਜਿਹੇ ਪੇਪਰ ਨੇ ਜਿਨ੍ਹਾਂ ਵਿੱਚ ਪੰਜਾਬੀ ਇੰਗਲਿਸ਼ ਹੁੰਦੀ ਹੁੰਦੀ ਆ ਤਾਂ ਉਹਨਾਂ ਤੇ ਕਮਾਂਡ ਉਹਦੀ ਥੋੜੀ ਹੋਣੀ ਜ਼ਰੂਰੀ ਆ ਕਿਉਂਕਿ ਇੱਥੇ ਆਪਾਂ ਹੁਣ ਨਾ ਤਾਂ 10ਵੀਂ ਪਲੱਸ 2 ਦੀ ਤਿਆਰੀ ਕਰ ਰਹੇ ਆ ਨਾ ਆਪਾਂ ਗ੍ਰੈਜੂਏਸ਼ਨ ਦੀ ਤਿਆਰੀ ਕਰ ਰਹੇ ਆ ਕਿਉਂਕਿ ਉਸ ਟਾਈਮ ਕੀ ਹੁੰਦਾ ਸੀ ਆਪਾਂ ਨੂੰ ਇਹ ਸੀ ਵੀ ਓਵਰਾਲ ਆਪਣੇ ਪਰਸੈਂਟੇਜ ਵਧੀਆ ਆ ਜਾਏ ਤੇ ਆਪਣੇ ਨੰਬਰ ਵਧੀਆ ਆ ਜਾਣ ਪਰ ਇੱਥੇ ਹੁਣ ਆਪਾਂ ਕੰਪੀਟੀਟਿਵ ਇਗਜ਼ਾਮ ਦੀ ਤਿਆਰੀ ਕਰ ਰਹੇ ਆ ਜਿੱਥੇ ਇੱਕ ਇੱਕ ਨੰਬਰ ਆਪਣੇ ਲਈ ਮਾਇਨੇ ਰੱਖਦਾ ਤਾਂ ਕੋਈ ਵੀ ਸਬਜੈਕਟ ਨੂੰ ਆਪਾਂ ਛੱਡਣਾ ਨਹੀਂ ਕੋਈ ਵੀ ਸਬਜੈਕਟ ਨੂੰ ਇਹ ਨਹੀਂ ਸੋਚਣਾ ਵੀ ਮੈਂ ਚਲੋ ਇਹ ਨਾ ਇੱਥੇ ਨੰਬਰ ਵੱਧ ਜਾਣਗੇ ਤੇ ਇੱਥੇ ਘਟ ਜਾਣਗੇ ਕੋਈ ਚੱਕਰ ਨਹੀਂ ਹਰੇਕ ਨੂੰ 100% ਦੇਣਾ 110% ਤਾਂ ਪੰਜਾਬੀ ਇੰਗਲਿਸ਼ ਤੇ ਵੀ ਪਕੜ ਤੁਹਾਡੀ ਇੰਨੀ ਹੋਵੇ ਵੀ ਜੇ ਪੰਜਾਬੀ 30 ਨੰਬਰ ਦੀ ਜਾਂ 20 ਨੰਬਰ ਦੀ ਆ ਰਹੀ ਆ ਤਾਂ ਫੂਰੇ ਬਟਾ ਪੂਰੇ ਨੰਬਰ ਉਹਨਾਂ ਚੋਂ ਇਸ ਤਰੀਕੇ ਨਾਲ ਤਿਆਰੀ ਕਰਨੀ ਆ ਤੇ ਮੇਰਾ ਵੀ ਇਹੀ ਉਪਰਾਲਾ ਰਹੂਗਾ ਇਸ ਚੈਨਲ ਦੇ ਉੱਤੇ ਤੁਹਾਨੂੰ ਪੰਜਾਬੀ ਤੇ ਇੰਗਲਿਸ਼ ਦੀ ਤਿਆਰੀ ਪੂਰੀ ਟਿਕਾ ਕੇ ਕਰਾਈ ਜਾਊਗੀ ਮਤਲਬ ਕੰਪੀਟੀਟਿਵ ਐਗਜ਼ਾਮ ਦੇ ਧਿਆਨ ਚ ਰੱਖ ਕੇ ਇਹ ਨਹੀਂ ਵੀ ਇੱਕ ਆਮ ਪੇਪਰ ਦੀ ਤਿਆਰੀ ਕਰਵਾਤੀ ਸਟਾਰਟਿੰਗ ਬੇਸਿਕ ਤੋਂ ਸ਼ੁਰੂ ਕਰਾਂਗੇ ਆਪਾਂ ਪਰ ਅਗਾਹ ਜਾਂਦੇ ਹਾਂ ਦੇ ਤਿਆਰੀ ਆਪਾਂ ਡੀਪ ਕਰੀ ਜਾਵਾਂਗੇ ਕਿ ਪੰਜਾਬੀ ਇੰਗਲਿਸ਼ ਕਿਤੋਂ ਵੀ ਆ ਜਾਏ ਤੁਹਾਨੂੰ ਕਿਸੇ ਵੀ ਪੇਪਰ ਵਾਸਤੇ ਫਿਰ ਤੁਸੀਂ ਮਾਰ ਨਹੀਂ ਖਾਓਗੇ ਤੇ ਫ੍ਰੀ ਆਫ ਕੋਸਟ ਇਸ ਚੈਨਲ ਦੇ ਤੋਂ ਤੁਹਾਨੂੰ ਵੀਡੀਓਜ਼ ਦੇਖਣ ਨੂੰ ਮਿਲ ਜਾਣਗੀਆਂ ਪੰਜਾਬੀ ਤੇ ਇੰਗਲਿਸ਼ ਦੀਆਂ ਇਹਨੂੰ ਮੈਂ ਇਸ ਲਈ ਚੱਕਿਆ ਕਿਉਂਕਿ ਇੱਕ ਤਾਂ ਇਹ ਕਾਮਨ ਸਬਜੈਕਟ ਆ ਹਰੇਕ ਪੇਪਰ ਦੇ ਵਿੱਚ ਆਉਂਦਾ ਭਾਵੇਂ ਸੈਂਟਰਲ ਗਵਰਨਮੈਂਟ ਐਗਜ਼ਾਮ ਹੋਵੇ ਚ ਵੀ ਇੰਗਲਿਸ਼ ਤਾਂ ਆਉਂਦੀ ਆਉਂਦੀ ਆ ਤੇ ਪੰਜਾਬ ਗਵਰਨਮੈਂਟ ਦੇ ਐਗਜ਼ਾਮ ਹੁੰਦੇ ਨੇ ਉਹ ਚ ਪੰਜਾਬੀ ਆਉਂਦੀ ਆਉਂਦੀ ਆ ਤਾਂ ਪੰਜਾਬੀ ਨੂੰ ਇਸ ਤਰੀਕੇ ਨਾਲ ਕਰਾਂਗੇ ਆਪਾਂ ਕਿ ਤੁਹਾਡੇ ਕੋਈ ਪੇਪਰ ਦੇ ਵਿੱਚ ਆਵੇ ਭਾਵੇਂ ਤਾਂ ਕਲੈਰੀਕਲ ਇਗਜ਼ਾਮ ਹੋਵੇ ਤਾਂ ਆਪਾਂ ਪੀਐਸਟੈਟ ਹੋਵੇ ਮਾਸਟਰ ਕੈਟਰ ਪੰਜਾਬੀ ਤਾਂ ਕੰਪਲਸਰੀ ਆ ਹਰ ਇੱਕ ਪੇਪਰ ਤੋਂ ਤੁਹਾਨੂੰ ਫਾਇਦਾ ਹੋਊਗਾ ਬਾਕੀ ਅਗਾਂਹ ਚ ਅੱਗੇ ਆ ਕੇ ਹਿਸਟਰੀ ਵੀ ਕਰਾਂਗੇ ਨਾਲ ਨਾਲ ਆਪਾਂ ਉਹ ਵੀ ਅਲੱਗ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਪਹਿਲਾਂ ਪੰਜਾਬੀ ਇੰਗਲਿਸ਼ ਤੇ ਕੰਮ ਕਰਾਂਗੇ ਤਾਂ ਤੁਸੀਂ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਅੱਗੇ ਹੁਣ ਜੇ ਮੈਂ ਗੱਲ ਕਰਾਂ ਜਦੋਂ ਕਾਮਨ ਸਬਜੈਕਟ ਤੁਸੀਂ ਹੁਣ ਤੋਂ ਕਵਰ ਕਰਨੇ ਸ਼ੁਰੂ ਕਰਤੇ ਆਪਦੇ ਇੱਕ ਤਾਂ ਤੁਹਾਡੇ ਤੇ ਬਰਡਨ ਘਟਣ ਲੱਗ ਜੂਗਾ ਇਹਦਾ ਕਿਉਂਕਿ ਜੇ ਤੁਹਾਨੂੰ ਪੰਜਾਬੀ ਇੰਗਲਿਸ਼ ਵਿੱਚ ਫਿਰ ਤਾਂ ਜਸਟ ਪ੍ਰੈਕਟਿਸ ਰ ਪ੍ਰੈਕਟਿਸ ਜਿੰਨੀ ਮਰਜ਼ੀ ਕਰ ਲੋ ਉਹਦਾ ਕੋਈ ਅੰਤ ਨਹੀਂ ਪ੍ਰੈਕਟਿਸ ਰਹਿ ਜਾਣੀ ਆ ਫਿਰ ਬਾਕੀ ਦੀ ਮਿਹਨਤ ਤੁਸੀਂ ਬਾਕੀ ਸਬਜੈਕਟਾਂ ਤੇ ਲਾਉਣੀ ਆ ਜੇ ਤੁਸੀਂ ਮਾਸਟਰ ਕੈਟ ਦੀ ਤਿਆਰੀ ਕਰ ਰਹੇ ਹੋ ਤਾਂ ਤੁਸੀਂ ਆ ਆਪਦੇ ਸਬਜੈਕਟ ਤੇ ਲਾਉਣੀ ਆ ਤੇ ਨਹੀਂ ਤਾਂ ਬਾਕੀ ਚੀਜ਼ਾਂ ਤੇ ਲਾਉਣੀ ਆ ਤੇ ਆ 6 ਮਹੀਨੇ ਦੇ ਵਿੱਚ ਆਪਦਾ ਮਾਈਂਡ ਸੈਟ ਇਹ ਬਣਾਉਣਾ ਵੀ ਮੈਂ 6 ਘੰਟੇ ਪੜ੍ਹਨਾ ਪਰ ਜਿੰਨਾ ਵੀ ਪੜ੍ਹਨਾ ਟਕਾ ਕੇ ਪੜ੍ਹਨਾ ਤੇ 6 ਘੰਟੇ ਵੀ ਨਹੀਂ ਵੀ ਮੈਂ ਸ਼ਾਮ ਤੋਂ ਬੈਠਾ ਤੇ ਰਾਤ ਦੇ 11 10 11 ਵਜੇ ਤੱਕ ਪੜ੍ਹਨਾ ਨਹੀਂ 6 ਘੰਟੇ ਨੂੰ ਵੀ ਤੁਸੀਂ ਗਾਂ 2-2 ਘੰਟਿਆਂ ਚ ਭਾਵੇਂ ਡਿਵਾਈਡ ਕਰ ਲੋ ਪਰ ਜਿੰਨਾ ਟਾਈਮ ਪੜ੍ਹੋ ਉਹਨਾ ਟਾਈਮ ਇਸ ਤਰੀਕੇ ਹੁਣ ਇਸ ਤੋਂ ਇਲਾਵਾ ਮੈਂ ਨਹੀਂ ਪੜਨਾ ਕਿਤਾਬ ਨਹੀਂ ਚੱਕਣੀ ਤੇ ਜਿੰਨਾ ਟਾਈਮ ਮੈਂ ਪੜਨਾ ਪੂਰਾ ਟਿਕਾ ਕੇ ਪੜਨਾ ਫੋਨ ਆfda ਪਾਸੇ ਰੱਖ ਕੇ ਪੜਨਾ ਤੇ ਕਿਵੇਂ ਹੈਬਿਟ ਫਾਰਮ ਹੋ ਗਈ ਇਹਦੀ ਇਹਦੀ ਫਾਰਮ ਹੋ ਗਈ ਸਟਾਰਟਿੰਗ ਮਨ ਲਓ ਅੱਜ ਤੋਂ ਕਰ ਰਹੇ ਹਾਂ ਤੇ ਤੁਸੀਂ ਕੀ ਕਰੋ ਪਹਿਲਾਂ ਤਾਂ ਰਾਈਟ ਡਾਉਨ ਕਰਨਾ ਸ਼ੁਰੂ ਕਰ ਦੋ ਕਿ ਮੈਂ ਕਿੰਨਾ ਪੜਿਆ ਭਾਵੇਂ ਤੁਸੀਂ ਅੱਧਾ ਘੰਟਾ ਪੜੋ 30 ਮਿੰਟ ਪੜੋ ਪਰ ਜਿਹੜੀ ਚੀਜ਼ ਪੜੀ ਆ ਉਹਨੂੰ ਪਹਿਲਾਂ ਰੀਕਾਲ ਕਰੋ ਪਾਸੇ ਰੱਖ ਕੇ ਬੁੱਕ ਬੰਦ ਕਰਕੇ ਜਾਂ ਜਿੱਥੇ ਵੀ ਪੜ ਰਹੇ ਹੋ ਨੋਟਸ ਤੋਂ ਉਹਨੂੰ ਬੁੱਕ ਬੰਦ ਕਰਕੇ ਕਰੋ ਫਿਰ ਆ ਰੀਕਾਲ ਕਰੋ 30 ਮਿੰਟ ਵੀ ਮੈਂ ਕੀ ਕੁਝ ਪੜਿਆ ਮੈਨੂੰ ਯਾਦ ਆਕ ਨਹੀਂ ਫਿਰ ਫਿਰ ਦੁਬਾਰਾ ਦੇਖੋ ਵੀ ਕਿਹੜੀ ਚੀਜ਼ ਭੁੱਲਿਆ ਮੈਂ ਮਤਲਬ ਰੈਪੀਟੀਸ਼ਨ ਕਰਨੀ ਆ ਕਿਉਂਕਿ ਜਿਹੜੇ ਬੱਚੇ ਜਦੋਂ ਪੋਸਟਾਂ ਨਿਕਲਣਗੀਆਂ ਇਹ ਹੁਣ ਇਹ ਵੀਡੀਓ ਬਣਾਉਣ ਦਾ ਮਕਸਦ ਮੇਰਾ ਤਾਂ ਹੀ ਸੀਗਾ ਕਿਉਂਕਿ ਹਜੇ ਨੇ ਤੇਰੇ ਕੋਈ ਵੱਡੀਆਂ ਪੋਸਟਾਂ ਨਹੀਂ ਆ ਰਹੀਆਂ ਛੋਟੇ-ਮੋਟੀਆਂ ਪੋਸਟਾਂ ਆਉਂਦੀਆਂ ਰਹਿੰਦੀਆਂ ਨੇ ਜਿੱਥੇ 30-40 ਪੋਸਟਾਂ ਹੁੰਦੀਆਂ ਨੇ ਜਾਂ 10-15 ਪੋਸਟਾਂ ਹੁੰਦੀਆਂ ਨੇ ਪਰ ਕੋਈ ਵੱਡੀ ਗਿਣਤੀ ਦੇ ਵਿੱਚ ਗਾਂ ਜਾ ਕੇ ਪੋਸਟਾਂ ਜਦੋਂ ਆਉਣਗੀਆਂ 6 ਮਹੀਨੇ ਬਾਅਦ ਜਾਂ 8 ਮਹੀਨੇ ਬਾਅਦ ਉਦੋਂ ਜੇ ਹੁਣ ਤੋਂ ਤਿਆਰੀ ਕਰਨਾ ਸ਼ੁਰੂ ਕਰੋਗੇ ਤਾਂ ਕਿਉਂਕਿ ਜਿਹੜੇ ਬੱਚੇ ਪੋਸਟਾਂ ਦੀ ਡੀਕ ਕਰਦੇ ਰਹਿਣਗੇ ਵੀ ਜਦੋਂ ਪੋਸਟਾਂ ਨਿਕਲਣਗੀਆਂ ਉਹਦੀ ਤਿਆਰੀ ਕਰਾਂਗੇ ਤਾਂ ਤੁਸੀਂ ਸੋਚੋ ਵੀ ਤੁਹਾਡਾ ਲੈਵਲ ਉੱਤੇ ਕਰ ਕਿੱਥੇ ਪਹੁੰਚ ਚੁੱਕਿਆ ਹੋਊਗਾ ਸੋ ਪਹਿਲਾਂ ਰਿਵੀਜ਼ਨ ਨਾਲ ਨਾਲ ਕਰੀ ਜਾਣੀ ਆ ਆਪਦੀ ਕਿਉਂਕਿ ਤੁਹਾਡੀ ਪੇਪਰ ਤੇ ਕਰ ਰਿਵੀਜ਼ਨ ਇੰਨੀ ਕਵਾਰੀ ਹੋ ਜੇ ਘੱਟੋ ਘੱਟ 4-5 ਵਾਰੀ ਕਿ ਤੁਹਾਨੂੰ ਉਹਦੋਂ ਮਾਰਨਾ ਖਾਓ ਪੇਪਰ 'ਚ ਫਿਰ ਸਿਰਫ ਵੀਕਨੈਸਿਸ ਤੇ ਕੰਮ ਕਰਨਾ ਰਹਿ ਜਾਏ ਹੁਣ ਗੱਲ ਕਰਦੇ ਆਪਾਂ ਸੋਰਸਸ ਦੀ ਵੀ ਕੋਈ ਵੀ ਪੇਪਰ ਦੀ ਤਿਆਰੀ ਕਰਦੇ ਆ ਸੋਰਸ ਕਿੱਥੋਂ ਆਪਾਂ ਨੂੰ ਮਿਲਦੇ ਨੇ ਜੇ ਤੁਸੀਂ ਇੰਗਲਿਸ਼ ਤੇ ਪੰਜਾਬੀ ਦੀ ਗੱਲ ਕਰੋ ਇੰਗਲਿਸ਼ ਤੇ ਪੰਜਾਬੀ ਜੋ ਕਿ ਕਾਮਨ ਸਬਜੈਕਟ ਨੇ ਪੰਜਾਬੀ ਦੇ ਵਿੱਚ ਤਾਂ ਤੁਸੀਂ ਜੇ ਬਿਲਕੁਲ ਹੀ ਨਵੇਂ ਹੋ ਤਾਂ ਸਭ ਤੋਂ ਪਹਿਲਾਂ ਤੁਸੀਂ ਗੱਲ ਕਰਨ ਕੰਮ ਜਿਹੜਾ ਕਰਨਾ ਉਹ 6 ਤੋਂ 8th ਬੁੱਕਸ ਦੇ ਵਿੱਚ ਬੇਸਿਕ ਚੀਜ਼ਾਂ ਲਿਖੀਆਂ ਹੋਈਆਂ ਨੇ ਪੰਜਾਬੀ ਇੰਗਲਿਸ਼ ਦੀਆਂ ਰੂਲਸ ਵੀ ਗ੍ਰਾਮਰ ਦੇ ਨੇ ਉੱਥੋਂ ਬੇਸਿਕ ਹੋ ਜਾਊਗਾ ਬਾਕੀ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੁਸੀਂ ਹਾਈ ਅਮਸ ਅਕੈਡਮੀ ਨੂੰ ਸਾਡੇ ਚੈਨਲ ਨੂੰ ਇਹਦੇ ਵਿੱਚ ਤੁਹਾਨੂੰ ਤਿਆਰੀ ਫ੍ਰੀ ਆਫ ਕੋਸਟ ਕਰਵਾਈ ਜਾਊਗੀ ਇੰਗਲਿਸ਼ ਤੇ ਪੰਜਾਬੀ ਦੀ ਜਿਦਨਾਲ ਤੁਹਾਨੂੰ ਬੇਨਫਿਟ ਹੋਊਗਾ ਪਰ ਮੈਂ ਇਹ ਵੀ ਕਹਿਣਾ ਵੀ ਜੇ ਮੰਨ ਲਓ ਬਾਇ ਚਾਂਸ ਤੁਹਾਨੂੰ ਹੈਗਾ ਵੀ ਮੈਂ ਹੋਰ ਡੀਪ ਕਰਨੀਆਂ ਹੋਰ ਡੀਪ ਕਰਨੀਆਂ ਉਹ ਤੁਹਾਡੀ ਵਿੱਲਾ ਉਹ ਤੁਸੀਂ ਕਰ ਸਕਦੇ ਹੋ ਵੈਸੇ ਮੈਂ ਇਸ ਚੈਨਲ ਦੇ ਉੱਤੇ ਤੁਹਾਨੂੰ ਤਿਆਰੀ ਕਰਾਉਂਗਾ ਮੈਂ ਆਲਰੇਡੀ ਕਹਿ ਰਿਹਾ ਤਾਂ ਉਹ ਤੁਹਾਡਾ ਹੋ ਜਾਊਗਾ ਪਰ 6 ਟੂ 8 ਤੋਂ ਬੇਸਿਕ ਸ਼ੁਰੂ ਕਰ ਸਕਦੇ ਹੋ ਤੁਸੀਂ ਅੱਜ ਅੱਗੇ ਹੋਰ ਵੀ ਕਿਤਾਬਾਂ ਮੈਂ ਤੁਹਾਨੂੰ ਫਿਊਚਰ ਦੱਸੀ ਜਾਊਂਗਾ ਜਿਵੇਂ ਜਿਵੇਂ ਆਊਗਾ ਦੂਸਰੀ ਗੱਲ ਬਾਕੀ ਜਿਹੜਾ ਮੈਥ ਆ ਗਿਆ ਜਾਂ ਕਿਸੇ ਦੇ ਵਿੱਚ ਮੈਥ ਹੁੰਦਾ ਉਹਦੇ ਲਈ ਵੀ ਤੁਹਾਨੂੰ ਇੱਕ ਰਕੇਸ਼ ਜਾਦਵ ਦੀ ਬੁੱਕ ਹੁੰਦੀ ਹੈ ਰਕੇਸ਼ ਜਾਦਵ ਸਰ ਦੀ ਇੱਕ ਬੁੱਕ ਹੈਗੀ ਆ ਮੈਥ ਦੀ ਉਹ ਬੜੀ ਫੇਮਸ ਆ ਉਹਨੂੰ ਵੀ ਸ਼ੁਰੂ ਕਰ ਸਕਦੇ ਹੋ ਪਰ ਉਹ ਉਹਦੇ ਲਈ ਹੈ ਜਿਨ੍ਹਾਂ ਨੂੰ ਪਹਿਲਾਂ ਮੈਥ ਬਾਰੇ ਪਤਾ ਕੁਝ ਚੀਜ਼ਾਂ ਦਾ ਜਿਵੇਂ ਜਿਹੜਾ ਸਿਲੇਬਸ ਆਮ ਤੌਰ ਤੇ ਹੁੰਦੇ ਆ ਉਹਨਾਂ ਬਾਰੇ ਪਤਾ ਪਰ ਜੇ ਬਿਲਕੁਲ ਸ਼ੁਰੂ ਤੋਂ ਸ਼ੁਰੂ ਕਰਨਾ ਤਾਂ ਫਿਰ ਤੁਸੀਂ YouTube ਦੇ ਉੱਤੇ ਕੋਈ ਵੀ ਟੌਪਿਕ ਸਰਚ ਕਰੋ ਮੈਥ ਦਾ ਪਹਿਲਾਂ ਤਾਂ ਸਿਲੇਬਸ ਦੇਖ ਲਓ ਕੋਈ ਵੀ ਪੇਪਰ ਦਾ ਉਹਦੇ ਵਿੱਚ ਸਭ ਤੋਂ ਪਹਿਲਾਂ ਦੇਖੋ ਵੀ ਜੇ ਮੈਂ ਟਾਈਮ ਐਂਡ ਵਰਕ ਕਮਾਲੋ ਟੋਪਿਕ ਓਵਰ ਟਾਈਮ ਐਂਡ ਵਰਕ ਜੇ ਸ਼ੁਰੂ ਕਰਨਾ ਤੁਸੀਂ ਤਾਂ ਉਹਦੇ ਬੇਸਿਕ ਕੀ ਨੇ ਬੇਸਿਕ YouTube ਤੇ ਫ੍ਰੀ ਆਫ ਕੋਸਟ ਮਿਲ ਜਾਂਦੇ ਨੇ ਉਹ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਫਿਰ ਪ੍ਰੈਕਟਿਸ ਤੁਸੀਂ ਕਿਸੇ ਬੁੱਕ ਤੋਂ ਸ਼ੁਰੂ ਕਰ ਸਕਦੇ ਹੋ ਬਾਕੀ ਮੈਂ ਤੁਹਾਨੂੰ ਜਿਵੇਂ ਤੇ ਕਿਹਾ ਪੰਜਾਬੀ ਇੰਗਲਿਸ਼ ਦੀ ਤਿਆਰੀ ਕਰਵਾਉਂਗਾ ਮੈਂ ਓਵੇਂ ਤੁਹਾਨੂੰ ਮੈਥ ਦੇ ਵਿੱਚ ਬੇਸਿਕ ਤਾਂ ਮੈਂ ਇੱਥੇ ਕਰਵਾਈ ਦੇਵਾਂਗਾ ਪਰ ਮੈਂ ਹੁਣ ਇਕੱਲਾ ਵੀ ਇੰਨਾ ਕੁਝ ਨਹੀਂ ਕਰਕੇ ਟਾਈਮ ਦੇ ਵਿੱਚ ਟਾਈਮ ਦੇ ਅਕੋਰਡਿੰਗ ਚੱਲਣਾ ਪਊਗਾ ਮੈਨੂੰ ਤਾਂ ਇੰਗਲਿਸ਼ ਪੰਜਾਬੀ ਦੀ ਤਿਆਰੀ ਕਰਵਾਉਂਦੇ ਤੇ ਹਿਸਟਰੀ ਵੀ ਕਿਉਂਕਿ ਹਿਸਟਰੀ ਬਹੁਤ ਪੰਜਾਬ ਦੇ ਪੇਪਰਾਂ ਦੇ ਵਿੱਚ ਆਉਂਦੀ ਤੁਹਾਨੂੰ ਵੈਸੀ YouTube ਤੇ ਮਿਲ ਜੂਗਾ ਤੇ ਇੱਕ ਆ ਬੁੱਕ ਦੱਸਤੀ ਤੁਹਾਨੂੰ ਮੈਂ ਰਕੇਸ਼ ਜაძਵ ਸਰ ਦੀ ਹੈਗੀ ਆ ਦੂਸਰਾ ਰੀਜ਼ਨਿੰਗ ਦਾ ਟੌਪਿਕ ਵੀ ਤੁਹਾਨੂੰ ਮਿਲ ਜਾਣਗੇ ਤੇ ਇਹ ਤਾਂ ਹੋ ਗਏ ਸਿਲੇਬਸ ਜਿਵੇਂ ਸੋਰਸਸ ਕਿੱਥੋਂ-ਕਿੱਥੋਂ ਤੁਹਾਨੂੰ ਚੱਕਨੇ ਆ ਫਿਰ ਨਾ ਇੱਕ ਗੱਲ ਹੁੰਦੀ ਆ ਵੀ ਜੇ ਤੁਸੀਂ ਪੇਪਰ ਦੀ ਤਿਆਰੀ ਕਰਨੀ ਆ ਜਮਾਂ ਬਿਲਕੁਲ ਨਵੇਂ ਸਿਰੇ ਤੋਂ ਕਰਨੀ ਆ ਤਾਂ ਤਾਂ ਤੁਸੀਂ ਕੀ ਕਰੋ ਪੁਰਾਣੇ ਪੇਪਰ ਚੱਕ ਲਓ ਕੋਈ ਵੀ ਇੱਕ ਮੰਨ ਲਓ ਕਲਰਿਕਲ ਐਗਜ਼ਾਮ ਕੋਈ ਵੀ ਹੈ ਮੰਨ ਲਓ ਪੀਐਸਪੀਸੀਲ ਕਰਕ ਦਾ ਐਗਜ਼ਾਮ ਤੁਸੀਂ ਪਿਛਲਾ ਚੱਕ ਲਓ ਉਹਦੇ ਤੁਹਾਨੂੰ ਇੱਕ ਆਈਡੀਆ ਲੱਗ ਜੂਗਾ ਵੀ ਕਿੰਨਾ ਕੁ ਡੀਪ ਕੁਐਸਚਨ ਪੁੱਛਦੇ ਨੇ ਉਹ ਤੇ ਮਲਟੀਪਲ ਜਦੋਂ ਪੇਪਰ ਚੱਕ ਲੈ ਤੁਸੀਂ ਤੁਹਾਨੂੰ ਵੈਸੀ ਪਤਾ ਲੱਗ ਜਾਣਾ ਪਹਿਲਾਂ ਇੱਕਲ ਪੇਪਰ ਲਗਾ ਕੇ ਦੇਖੋ ਵੀ ਤੁਹਾਨੂੰ ਕਿੰਨੇ ਕੁਐਸਚਨ ਦੇ ਅਨਸਰ ਜਿਹੜੇ ਆ ਰਹੇ ਨੇ ਜਾਂ ਸਹੀ ਹੋ ਰਹੇ ਨੇ ਤੁਹਾਡੇ ਉਸ ਤੋਂ ਬਾਅਦ ਤੇ ਜਿਹੜੇ ਬੱਚੇ ਆਲਰੇਡੀ ਤਿਆਰੀ ਕਰ ਰਹੇ ਨੇ ਉਹਨਾਂ ਨੇ ਆਪਦੀ ਵੀਕਨੈਸਿਸ ਦੇਖਣੀਆਂ ਬਸ ਵੀ ਕਿਹੜੇ ਕਿਹੜੇ ਟੌਪਿਕ ਉਹਨਾਂ ਨੂੰ ਔਖੇ ਲੱਗਦੇ ਨੇ ਕਿਉਂਕਿ ਬੱਚੇ ਮਤਲਬ ਪਤਾ ਤਾਂ ਹੁੰਦਾ ਉਹਨਾਂ ਨੂੰ ਵੀ ਮੈਥ ਦਾ ਫਲਾਣਾ ਟੌਪਿਕ ਔਖਾ ਲੱਗਦਾ ਪਰ ਉਹ ਉਸ ਟੌਪਿਕ ਨੂੰ ਅਲਟਰਨੇਟ ਸਮਝ ਕੇ ਛੱਡ ਦਿੰਦੇ ਨੇ ਉਹਨਾਂ ਨੂੰ ਲੱਗਦਾ ਵੀ ਇਹਨੂੰ ਆਪਾਂ ਜੇ ਛੱਡ ਦਾਂਗੇ ਉਹਦੀ ਬਜਾਏ ਮੈਂ ਦੂਜੇ ਪਾਸਿਓਂ ਨ ਅਲਟਰਨੇਟ ਕਿਸੇ ਚੀਜ਼ ਨੂੰ ਨਹੀਂ ਸਮਝਣਾ ਤੁਸੀਂ ਜੇ ਮੈਥ ਦਾ ਤੁਹਾਨੂੰ ਇੰਪੋਰਟੈਂਟ ਸਟਰੀਮ ਟਾਪਿਕ ਔਖਾ ਲੱਗਦਾ ਉਹਨੂੰ ਨਵੇਂ ਸਿਰੇ ਤੋਂ ਸ਼ੁਰੂ ਤੋਂ ਡਿਟੇਲ ਤੋਂ ਪੜ੍ਹਨਾ ਸ਼ੁਰੂ ਕਰ ਦਿਓ ਬਸ ਕਿਉਂਕਿ ਤੁਹਾਨੂੰ ਪਤਾ ਇੱਥੇ ਕੰਪੀਟੀਸ਼ਨ ਤੁਹਾਡਾ ਇਕੱਲੇ 50 60 ਬੰਦੇ ਨਾਲ ਨਹੀਂ ਇੱਥੇ ਲੱਖਾਂ ਜਣੇ ਨੇ ਤਿਆਰੀ ਕਰਨ ਵਾਲੇ ਤਾਂ ਉਹਨਾਂ ਨਾਲ ਕੰਪੀਟੀਸ਼ਨ ਦੇ ਵਿੱਚ ਤਾਂ ਹੀ ਮੂਰੇ ਆ ਸਕਦੇ ਹੋ ਜੇ ਤੁਸੀਂ ਆਪਦੀ ਵੀਕਨੈਸਿਜ਼ ਪਛਾਣ ਕੇ ਉਹਨਾਂ ਤੇ ਕੰਮ ਕਰਨਾ ਸ਼ੁਰੂ ਕਰੋਗੇ ਸੋ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਆਪਦਾ ਜਿਹੜੇ ਬੱਚੇ ਇੰਨੇ ਸਾਲਾਂ ਤੋਂ ਤਿਆਰੀ ਕਰਦੇ ਨੇ ਉਹਨਾਂ ਦੇ ਵਿੱਚ ਇਹੀ ਰਹਿੰਦੀ ਆ ਕਿ ਉਹ ਵੀਕਨੈਸਸ ਪਛਾਨ ਨਹੀਂ ਪਉਂਦੇ ਆ ਉਹਦੇ ਜੇ ਉਹ ਪਤਾ ਵੀ ਲੱਗਦਾ ਉਹਨਾਂ ਨੂੰ ਤਾਂ ਉਹਨੂੰ ਇਗਨੋਰ ਕਰ ਦਿੰਦੇ ਨੇ ਉਹ ਸੋਚਦੇ ਨੇ ਵੀ ਨਹੀਂ ਕੋਈ ਨਾ ਹੋਰ ਟੌਪਿਕ ਕਰਾਂਗੇ ਇਸ ਟੌਪਿਕ ਨੂੰ ਛੱਡ ਦਿੰਦੇ ਨੇ ਜੇ ਆ ਵੀ ਗਿਆ ਤਾਂ ਇੱਕ ਨੰਬਰ ਹੀ ਜਾਊਗਾ ਤਾਂ ਇਹ ਆਫ ਦਾ ਮਾਈਂਡਸੈਟ ਨਹੀਂ ਰੱਖਣਾ ਤੁਸੀਂ ਇਸ ਮਾਈਂਡਸੈਟ ਨੂੰ ਚੇਂਜ ਕਰਨਾ ਅ ਧਿਆਨ ਚੀਜ਼ ਦਾ ਹੋਰ ਰੱਖਣਾ ਤੁਸੀਂ ਹੋਰ ਰੱਖਣਾ ਪੋਜ਼ਿਟਿਵ ਮਾਈਂਡਸੈਟ ਰੱਖਣਾ ਆਪਦਾ ਕਦੇ ਵੀ ਕਿਸੇ ਜੀ ਨੂੰ ਲੈ ਕੇ ਤੁਸੀਂ ਮਤਲਬ ਹੰਬਲੇ ਨਹੀਂ ਪਹਿਣਾਗਾ ਕਿਉਂਕਿ ਬੱਚੇ ਬਹੁਤ ਜਿਦਾਂ ਲੈ ਕੇ ਹੰਬਲੇ ਪੈਂਦੇ ਨੇ ਚੀਜ਼ ਹੁਣ ਜਿਵੇਂ ਕੱਚੂ ਕੰਮ ਤੇ ਖਰਗੋਸ਼ ਵਾਲੀ ਕਹਾਣੀ ਸੁਣੀ ਹੋਊਗੀ ਪੀਪਰ ਮਸ ਆਫ ਦੀ ਸਪੀਡ ਸਲੋ ਹੋਵੇ ਮਤਲਬ ਕੱਚੂ ਕਮੇ ਉਹਨੂੰ ਸਪੀਡ ਪਮਾ ਸਲੋ ਹੋਵੇ ਪਰ ਫਾਈਨਲੀ ਐਂਡ ਤੇ ਕਰ ਚੱਲੀ ਜਾਣਾ ਬਸ ਰੁਕਣਾ ਨਹੀਂਗਾ ਇਹ ਨਹੀਂ ਵੀ ਮੈਂ ਅੱਜ ਤਾਂ ਜੋਸ਼ ਆ ਗਿਆ ਵੀਡੀਓ ਦੇਖਣ ਤੋਂ ਬਾਅਦ ਮੈਂ ਹੁਣ ਤਾਂ ਤਿਆਰੀ ਕਰਨ ਲੱਗ ਗਿਆ 6 ਦਿਨਾਂ ਬਾਅਦ ਫੇਰ ਟਹਿਲਾ ਪੈ ਗਿਆ ਐਵੇਂ ਨਹੀਂ ਇਕੋ ਪੇਸ ਤੇ ਚੱਲਣਾ ਤੁਮਾ ਥੋੜਾ ਪੜਨਾ ਪਰ ਚੰਗੀ ਤਰ੍ਹਾਂ ਪੜਨਾ ਤੇ ਜਿਵੇਂ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ 6 ਘੰਟੇ ਟਾਈਮ ਲਗਾਉਣਾ ਤੇ ਤਿਆਰੀ ਵੀ ਸਹੀ ਤਰ੍ਹਾਂ ਨਾਲ ਕਰਨੀ ਆ ਕਿਉਂਕਿ ਨਾ ਬੱਚੇ ਪੜ ਤਾਂ ਬਹੁਤ ਲੈਂਦੇ ਨੇ ਪਰ ਸਹੀ ਚੀਜ਼ ਕੀ ਪੜਨੀ ਆ ਉਹਨਾਂ ਨੂੰ ਪਤਾ ਨਹੀਂ ਲੱਗਦੀ ਤਾਂ ਸਹੀ ਚੀਜ਼ ਕਿੱਥੋਂ ਪਤਾ ਲੱਗੂ ਤੁਹਾਨੂੰ ਪੜਨੀ ਆ ਜਿਹੜਾ ਪੁਰਾਣਾ ਪੇਪਰ ਲਾਉਂਗੇ ਤੁਸੀਂ ਭੀ ਕੋਈ ਵੀ ਕਲੈਰਿਕਲ ਐਗਜ਼ਾਮ ਜਿਹੜਾ ਵੀ ਐਗਜ਼ਾਮ ਨੂੰ ਟਾਰਗੇਟ ਕਰ ਰਹੇ ਹੋ ਉਹਦਾ ਪੁਰਾਣਾ ਪੇਪਰ ਚੱਕ ਕੇ ਦੇਖੋ ਤੁਸੀਂ ਫਿਰ ਤੁਹਾਨੂੰ ਪਤਾ ਲੱਗ ਜੂ ਵੀ ਐਕਚੁਅਲ ਚ ਤਿਆਰੀ ਜਿਹੜੀ ਕਰਨੀ ਆ ਕਿਸ ਲੈਵਲ ਤੇ ਕਰਨੀ ਆ ਜਾਂ ਕਿਹੋ ਜਿਹੇ ਕੁਐਸਚਨ ਮੈਨੂੰ ਆਉਣੇ ਚਾਹੀਦੇ ਨੇ ਪੇਪਰ ਦੇ ਵਿੱਚ ਲਈ ਤੋਂ ਇਹ ਚੀਜ਼ਾਂ ਬਾਰੇ ਤੁਹਾਨੂੰ ਪਤਾ ਲੱਗ ਜੂਗਾ ਹਰੇਕ ਸਬਜੈਕਟ ਬਾਰੇ ਪਤਾ ਲੱਗ ਜੂਗਾ ਵੀ ਕਿਵੇਂ ਕਰਨਾ ਹੈ ਫਿਰ 6 ਮਹੀਨੇ ਜਿਹ ਉਹ ਵਾਸਤੂ ਸੀ ਸੰਕਲਪ ਲੈਣਾ ਵੀ ਮੈਂ 6 ਮਹੀਨੇ ਦੇ ਵਿੱਚ ਆਪਦੇ ਬੰਨੀਓ ਜੋਰ ਲਵਾਂ ਕੋਈ ਮਜਬੂਰੀ ਆ ਜੇ ਕੁਛ ਆ ਜੇ ਉਹ ਲੱਗ ਚੀਜ਼ ਆ ਉਹ ਤਾਂ ਆਪਣੇ ਹੱਥ ਚ ਹੁੰਦਾ ਵੀ ਨਹੀਂ ਵੈਸੇ ਸਰਕਮਸਟੈਂਸਸ ਕਿਹੋ ਜਿਹਾ ਨੇ ਪਰ ਆਪਦੇ ਬੰਨੀਓ ਇਹ ਨਹੀਂ ਹੈਗਾ ਵੀ ਮੈਂ ਜੇ ਹੁਣ ਤੁਹਾਨੂੰ ਕਹੀ ਜਾਂਦਾ ਵੀ 6 ਦਿਨ ਤੋਂ ਬਾਅਦ ਇੱਕ ਦਿਨ ਤੁਹਾਡੇ ਕੋਲ ਆ ਗਿਆ ਤਾਂ ਤੁਸੀਂ ਸੋਚੋ ਵੀ ਮੈਂ ਇੱਕ ਦਿਨ ਤਾਂ ਆਪਦੀ ਫੈਨੋਸ ਗੋਲ ਲਾ ਲਈ ਜਾਂ ਮੈਂ ਆਪਦਾ ਮਸਤੀ ਕਰੀ ਜਾਂਦਾ ਜਾਂ ਪਾਰਟੀ ਕਰੀ ਜਾਂਦਾ ਨਹੀਂ ਆਪਦੇ ਬੰਨੀਓ ਤੁਸੀਂ ਨਹੀਂ ਕੋਈ ਇਹ ਚੀਜ਼ ਕਰਨੀ ਤੁਸੀਂ ਸਿਰਫ ਕੀ ਕਰਨਾ ਹੈ ਤੁਸੀਂ ਜਿਹੜਾ ਆ ਟਾਈਮ ਆਫ ਦਾ 6 ਦਿਨ ਜਿਹੜਾ ਮੈਂ 6 ਘੰਟੇ ਦਾ ਕਿਹਾ ਤੁਹਾਨੂੰ ਇਹ ਆਪਦਾ ਟਾਈਮ ਲਾਉਣ ਦੀ ਕੋਸ਼ਿਸ਼ ਕਰਨੀ ਹੈ ਡੇਲੀ ਹਾਂ 6 ਘੰਟੇ ਲਾਉਣ ਤੋਂ ਬਾਅਦ ਤੁਸੀਂ ਜੋ ਕੁਛ ਮਰਜੀ ਆ 18 ਘੰਟੇ ਕੁਛ ਮਰਜੀ ਕਰੀ ਚੱਲੋ ਭਾਵੇਂ ਤੁਸੀਂ ਜੌਬ 'ਚ ਜਾ ਰਹੇ ਹੋ ਜੌਬ ਤੋਂ ਬਾਅਦ ਵੀ ਮੈਂ ਤਾਂ ਇਹ ਸਮਝਦਾ ਵੀ 6 ਘੰਟੇ ਰਾਮਨਲ ਕੱਢ ਸਕਦੇ ਆ ਤੁਸੀਂ ਕੋਈ ਵੀ ਜੌਬ 8 ਘੰਟੇ 10 ਘੰਟੇ ਦੀ ਆ ਤਾਂ ਤੁਸੀਂ ਉਹ ਆਪਦਾ ਟਾਈਮ ਜਿਹੜਾ ਲਾ ਸਕਦੇ ਹੋ ਸੋ ਇਹੀ ਸੀ ਅੱਜ ਦੀ ਵੀਡੀਓ ਤੁਹਾਡੇ ਪੇਪਰ ਨੂੰ ਲੈ ਕੇ ਵੀ ਕਿਸ ਤਰੀਕਾ ਨਾਲ ਤੁਸੀਂ ਐਗਜ਼ਾਮ ਜਿਹੜਾ ਕਰੈਕ ਕੋਈ ਵੀ ਕਰ ਸਕਦੇ ਹੋ ਜੇ ਤੁਹਾਨੂੰ ਕੋਈ ਵੀ ਕਮੈਂਟ ਸੈਕਸ਼ਨ ਦੇ ਵਿੱਚ ਮੈਨੂੰ ਦੱਸ ਸਕਦੇ ਹੋ ਕੋਈ ਵੀ رائے ਜਾਂ ਕੋਈ ਸੁਝਾਅ ਹੋਵੇ ਜਾਂ ਕੋਈ ਵੀ ਕੁਐਸਚਨ ਪੁੱਛਣਾ ਹੋਵੇ ਇਸ ਸੀਜ਼ ਰਿਲੇਟਡ ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ 'ਚ ਜਰੂਰ ਦੱਸਿਓ ਜੇ ਵੀਡੀਓ ਪਸੰਦ ਆਈ ਹੋਵੇ ਤੇਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਟੈਲੀਗ੍ਰam ਗਰੁੱਪ ਜਿਹੜਾ ਜਰੂਰ ਜੁਆਇਨ ਕਰ ਲਿਓ ਕਿਉਂਕਿ ਟੈਲੀਗ੍ਰam ਗਰੁੱਪ ਦੇ ਵਿੱਚ ਤੁਹਾਨੂੰ ਸਟੱਡੀ ਮਟੀਰੀਅਲ ਜਿਹੜਾ ਮਿਲਦਾ ਰਹੂਗਾ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਮੈਨੂੰ ਦਿਓ ਜਾਸਤ ਧੰਨਵਾਦ